ਖੈਰ ਹੋਵੇ ਮਿੱਤਰਾਂ ਪਿਆਰਿਆਂ ਦੀ, ਖੈਰ ਹੋਵੇ, ਖੈਰ ਹੋਵੇ ਚੰਨ ਤੇ ਸਿਤਾਰਿਆਂ ਦੀ, ਖੈਰ ਹੋਵੇ, ਖੈਰ ਹੋਵੇ ਜਸ ਪੰਜਾਬੀ ਦੇਖਣ ਵਾਲੇ ਤੁਹਾਡੇ ਸਾਰਿਆਂ ਦੀ ਖੈਰ ਹੋਵੇ। ਜੀ ਹਾਂ ਦੋਸਤੋ, ਤੁਹਾਡੀ ਸਭ ਦੀ ਖੈਰ ਖਵਾ ਮੰਗਦਾ ਹੋਇਆ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲਾਂ ਬਾਤਾਂ ਚੱਲ ਰਹੀਆਂ ਨੇ ਜਿਵੇਂ ਅਕਸਰ ਰੋਜ਼ ਜ਼ਿਕਰ ਕਰੀਦਾ ਕਿ ਕਾਫੀ ਬਿਜ਼ੀ ਸ਼ਡਿਊਲ ਚੱਲਦਾ ਹੈ। ਮਿਲਣ ਮਿਲਾਉਣ ਦਾ ਜਿਹੜੇ ਸਾਡੇ ਹੈਗੇ ਨੇ ਇੱਥੇ ਕੈਲੀਫੋਰਨੀਆ ਦੇ ਵੀ ਦੋਸਤ ਮਿੱਤਰ ਜਾਂ ਕਹਿ ਲਓ ਜਾਂ ਸਾਡੇ ਸਪੋਂਸਰ ਕਹਿ ਲਓ ਜਾਂ ਕਹਿ ਲਓ ਵੀ ਜਿਹੜੇ ਸਾਨੂੰ ਕਲਾਇੰਟ ਕਹਿ ਲਓ, ਚਾਹੇ ਸਾਡੇ ਉਹ ਲੋਕ ਜਿਹਨਾਂ ਕਰਕੇ ਜਸ ਪੰਜਾਬੀ ਚੱਲਦਾ ਹੈ, ਜਿਹੜੇ ਸਾਨੂੰ ਐਡਾ ਦਿੰਦੇ ਨੇ ਅਤੇ ਨਾਲ ਨਾਲ ਉਹਦਾ ਕਰਕੇ ਜਸ ਪੰਜਾਬੀ ਜਿਹੜਾ ਇਸ ਮੁਕਾਮ 'ਤੇ ਪਹੁੰਚਿਆ, ਉਹਨਾਂ ਨੂੰ ਮਿਲਣ ਮਿਲਾਉਣ ਦਾ ਜਿਹੜਾ ਸਿਲਸਿਲਾ ਉਹ ਚੱਲ ਰਿਹਾ, ਨਾਲ ਨਾਲ ਜਿਹੜਾ ਹੈਗਾ ਇਨਵੀਟੇਸ਼ਨ ਸੱਦਾ ਪੱਤਰ ਦੇਣ ਦਾ ਸਿਲਸਿਲਾ ਉਹ ਜਿਹੜਾ ਚੱਲ ਰਿਹਾ ਹੈਗਾ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ, ਹਮੇਸ਼ਾ ਹੀ ਤਰ੍ਹਾਂ ਅੱਜ ਫਿਰ ਇੱਕ ਵਾਰੀ ਪੰਜਾਬੀਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ, ਜਿਨ੍ਹਾਂ ਨੇ ਇੰਨਾ ਆਸ਼ੀਰਵਾਦ ਦਿੱਤਾ ਜਸ ਪੰਜਾਬੀ ਨੂੰ। ਔਰ ਅਮੈਰੀਕਾ ਦਾ ਪਹਿਲਾ ਐਸਾ ਚੈਨਲ ਹੈਗਾ ਔਰ ਰੇਟਿੰਗ ਜਿਹੜੀ ਹੈਗੀ ਆ ਉਹ ਵੀ ਇਹ ਦੱਸਦੀ ਹੈ ਕਿ ਜਸ ਪੰਜਾਬੀ ਜਿਹੜਾ ਅਗਰ ਅਸੀਂ ਸ਼ਾਮ ਦੀ ਗੱਲ ਕਰੀਏ, ਤਕਾਲਾਂ ਦੀ ਗੱਲ ਕਰੀਏ, ਤਾਂ ਤਕਾਲਾਂ ਨੂੰ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਚੈਨਲ ਜਸ ਪੰਜਾਬੀ ਹੈਗਾ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਅੱਜ ਵੀ ਖਬਰਾਂ ਖਬਰਾਂ ਦੀ ਗੱਲ ਕਰੀ ਦੀ ਆ, ਉੱਡਦੀਆਂ ਖਬਰਾਂ ਜਿਹੜੀਆਂ ਉਹ ਲੈ ਕੇ ਆਈ ਦੀਆਂ ਤੁਹਾਡੇ ਨਾਲ, ਹੁੰਦੀਆਂ ਉੱਡਦੀਆਂ ਫੜੀਦੀਆਂ ਰਾਹ 'ਚ ਹੋਈਆਂ, ਔਰ ਖਬਰਾਂ ਉਹ ਹੁੰਦੀਆਂ ਜਿਹਨਾਂ 'ਤੇ ਯਕੀਨ ਕਰਨਾ ਔਖਾ ਹੋ ਜਾਂਦਾ। ਔਰ ਗੱਲ ਕਰੀਏ ਪਹਿਲੀ ਖਬਰ ਦੀ, ਤਾਂ ਆਪਾਂ ਨਿੱਕੇ ਹੁੰਦੇ ਜਦੋਂ ਹੁੰਦੇ ਸੀ ਪਿੰਡਾਂ ਦੇ ਵਿੱਚ ਦੇਖਦੇ ਹੁੰਦੇ ਸੀ ਤਾਂ ਨੂੰ ਚੰਦਾ ਮਾਮਾ ਦੂਰ ਹੈ, ਚੰਦਾ ਮਾਮਾ ਨੂੰ ਦੇਖ ਕੇ ਕਹਿੰਦੇ ਹੁੰਦੇ ਸੀ ਵੀ ਚੰਦਾ ਮਾਮਾ ਉੱਪਰ ਹੈਗਾ, ਅਤੇ ਦਾਦੀਆਂ ਸਾਡੀਆਂ ਜਾਂ ਕਹਿ ਲਓ ਮਾਵਾਂ ਦਾਦੀਆਂ ਨੂੰ ਚੰਦਾ ਮਾਮਾ ਬਾਰੇ ਕਹਿੰਦੀਆਂ, ਉਹਦੇ ਵਿੱਚ ਇੱਕ ਬੁੱਢੀ ਮਾਈ ਹੈਗੀ ਆ, ਉਹ ਚਰਖਾ ਕੱਤਦੀ ਹੈ ਅਤੇ ਉਹਦੇ ਵਿੱਚ ਇੱਦਾਂ ਲੱਗਦਾ ਹੈਗਾ ਕਿ ਚੰਦਰਮਾ 'ਤੇ ਚਰਖਾ ਕੱਤਦੀ ਹੈ, ਅਤੇ ਕਈ ਵਾਰੀ ਐਵੇਂ ਲੱਗਦਾ ਵੀ ਚਰਖਾ ਜਿਹੜਾ ਉਹ ਖੜ੍ਹਾ ਕੀਤਾ ਅਤੇ ਬੁੱਢੀ ਮਾਈ ਜਿਹੜੀ ਉਹ ਕਿਤੇ ਆਰਾਮ ਕਰ ਰਹੀ ਆ। ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਹੁਣ ਜਿਹੜੀ ਤਾਜ਼ਾ ਖਬਰ ਇਹ ਆਈ ਹੈ, ਲੇਟੈਸਟ ਖਬਰ ਇਹ ਆਈ ਹੈ ਕਿ ਚੰਦਰਮਾ ਦੇ ਉੱਪਰ ਵੀ ਹੁਣ ਤੁਸੀਂ ਆਪਣਾ ਘਰ ਜਿਹੜਾ ਉਹ ਪਾ ਸਕਦੇ ਹੋ। ਬਿਲਕੁਲ ਜੀ, ਚੰਦਰਮਾ ਦੇ ਉੱਪਰ ਕਹਿੰਦੇ ਜ਼ਮੀਨ ਜ਼ਮੂਨ ਜਿਹੜੀ ਹੈ ਉਹ ਸ਼ੁਰੂ ਹੋ ਗਿਆ ਸਿਲਸਿਲਾ, ਅਤੇ ਹੁਣ ਲੇਟੈਸਟ ਖਬਰ ਇਹ ਹੈ ਵੀ ਉੱਥੇ ਇੱਟਾਂ ਜਿਹੜੀਆਂ ਲੱਗਣੀਆਂ ਘਰਾਂ ਨੂੰ ਉਹ ਵੀ ਤਿਆਰ ਹੋ ਗਈਆਂ ਨੇ, ਕਿਉਂਕਿ ਸਪੈਸ਼ਲ ਤਰ੍ਹਾਂ ਦੀਆਂ ਇੱਟਾਂ ਉੱਤੇ ਲੱਗਣਗੀਆਂ, ਇਹ ਆਪਾਂ ਨੂੰ ਪਤਾ ਹੈ, ਆਮ ਇੱਟਾਂ ਦਾ ਕੰਮ ਹੈ ਨਹੀਂ। ਔਰ ਮੈਨੂੰ ਇਹ ਡਰ ਹੈ ਵੀ ਜੇ ਉੱਪਰ ਰੇਤਾ ਰੂਤਾ ਦੀ ਲੋੜ ਪਈ ਤਾਂ ਫਿਰ ਤਾਂ ਕੰਮ ਖਰਾਬ ਆ ਪੰਜਾਬ ਦੇ ਵਿੱਚ, ਤਾਂ ਲੀਡਰਾਂ ਨੇ ਰੇਤਾ ਦੇ ਜਾਣ ਹੀ ਦੇਣੀ ਚੰਦਰਮਾ 'ਤੇ। ਪਰ ਮੈਨੂੰ ਇਹ ਲੱਗਦਾ ਵੀ ਚੰਦਰਮਾ 'ਤੇ ਜਦੋਂ ਵੀ ਇਹ ਚੀਜ਼ ਹੋਈ ਤਾਂ ਸਾਡੇ ਜਿਹੜੇ ਹੈਗੇ ਨੇ ਪੰਜਾਬ ਦੇ ਲੀਡਰ ਹੈ ਉਹਨਾਂ ਨੇ ਪਹਿਲਾਂ ਹੀ ਠੇਕੇ ਲੈ ਲੈਣੇ ਉੱਪਰ ਰੇਤਾ 'ਤੇ ਜਾ ਕੇ, ਪਰ ਇੱਟਾਂ ਜਿਹੜੀਆਂ ਉਹ ਬਿਲਕੁਲ ਤਿਆਰ ਹੋ ਗਈਆਂ, ਵੱਖਰੀ ਤਰ੍ਹਾਂ ਦੀਆਂ ਇੱਟਾਂ ਹੈਗੀਆਂ, ਉਹਨਾਂ ਨੂੰ ਸਪੇਸ ਬ੍ਰਿਕਸ ਜਿਹੜਾ ਉਹਦਾ ਨਾਮ ਦਿੱਤਾ, ਸਪੇਸ ਦੇ ਵਿੱਚ ਲੱਗਣ ਵਾਲੀਆਂ ਇੱਟਾਂ ਚੰਦਰਮਾ 'ਤੇ। ਵੈਸੇ ਕੋਈ ਵੱਡੀ ਗੱਲ ਨਹੀਂ, ਸਾਡੇ ਤਾਂ ਜਿਹੜੇ ਹੈਗੀਆਂ ਪੋਲੀਟੀਕਲ ਪਾਰਟੀਆਂ ਐਕਸ ਜਿਹੜੇ ਡਿਪਟੀ ਮੁੱਖ ਮੰਤਰੀ ਹੈਗੇ ਉਹਨਾਂ ਨੇ ਤਾਂ ਕਿਹਾ ਵੀ ਰੈਲੀਆਂ ਵੀ ਅਸੀਂ ਉੱਥੇ ਕਰਿਆ ਕਰਾਂਗੇ, ਸੋ ਇੱਟਾਂ ਉੱਟਾਂ ਬਣ ਗਈਆਂ ਉੱਥੇ, ਅਤੇ ਪਹੁੰਚਣ ਵਾਸਤੇ ਜ਼ਮੀਨ ਜ਼ਮੂਨ ਜਿਹੜੀ ਆ ਉਹ ਲੈਣੀ ਸ਼ੁਰੂ ਕਰ ਦਿਓ ਤੁਸੀਂ ਵੀ। ਔਰ ਇੱਕ ਪੰਜਾਬ ਦਾ, ਇੰਡੀਆ ਦਾ ਸੀ, ਪੰਜਾਬ ਦਾ ਹੀ ਬੰਦਾ ਸੀ, ਉਹਨੇ ਕਹਿੰਦੇ ਵੀ ਚੰਦਰਮਾ 'ਤੇ ਜ਼ਮੀਨ ਲਈ ਹੈ, ਇੱਕ ਬੰਦੇ ਨੇ ਸ਼ੌਕ ਹੈਗਾ ਸੀ ਚੰਦਰਾ ਜ਼ਮੀਨ ਲੈਣ ਦਾ, ਉਹਨੇ ਜ਼ਮੀਨ ਲਈ ਹੈ। ਸੋ ਤੁਸੀਂ ਵੀ ਜ਼ਮੀਨ ਜ਼ਮੂਨ ਲੈ ਲਓ ਜੀ, ਫਿਰ ਜਿਹੜੇ ਪ੍ਰੋਪਰ ਡੀਲਰ ਹੁੰਦੇ ਆ ਉਹ ਤਾਂ ਮੇਰੇ ਖਿਆਲ ਲੀਡਰ ਹੀ ਹੋਣਗੇ ਉੱਤੇ, ਇੱਟਾਂ ਦਾ ਠੇਕਾ ਠੁੱਕਾ ਵੀ ਉਹਨਾਂ ਕੋਲ ਹੋਣਾ, ਰੇਤਾਂ ਦਾ ਠੇਕਾ ਵੀ ਜਿਹੜਾ ਉਹਨਾਂ ਲੀਡਰਾਂ ਕੋਲ ਹੀ ਹੋਏਗਾ। ਚਲੋ ਜੀ, ਚੰਦਰਮਾ ਤੋਂ ਬਾਅਦ ਫਿਰ ਆਪਾਂ ਵਾਪਸ ਆ ਜਾਂਦੇ ਹਾਂ ਆਪਣੇ, ਲੈ ਚੱਲਦਾ ਤੁਹਾਨੂੰ ਜਲਾਲਪੁਰ ਜੱਟਾਂ ਪਿੰਡ ਦੇ ਵਿੱਚ, ਪੰਜਾਬ ਦਾ ਪਿੰਡ ਹੈ ਜਲਾਲਪੁਰ ਜੱਟਾਂ। ਉੱਥੇ ਦੀ ਖਾਸ ਖਬਰ ਇਹ ਆਈ ਹੈ, ਵੈਸੇ ਤਾਂ ਸਾਡੇ ਬਹੁਤ ਜ਼ਿਆਦਾ ਰਿਵਾਜ਼ ਹੈਗਾ ਸੈਲਫੀਆਂ ਲੈਣ ਦਾ, ਜਿਹੜਾ ਸੈਲਫੀਆਂ ਬਹੁਤ ਹੈ, ਬਹੁਤ ਖਾਸ ਤੌਰ 'ਤੇ ਮੈਂ ਕੁੜੀਆਂ ਨੂੰ ਦੇਖਿਆ ਮੂੰਹ ਟੇਢਾ ਜਿਹਾ ਕਰਕੇ ਸੈਲਫੀਆਂ ਲੈਂਦੀਆਂ ਨੇ। ਕਿਸੇ ਮਾਤਾ ਨੇ ਆਪਣੇ ਪੁੱਤ ਨੂੰ ਫੋਨ ਕੀਤਾ, ਪੁੱਤ ਛੇਤੀ ਘਰ ਆ ਜਾ, ਤੇਰੀ ਬਹੂ ਨੂੰ ਅਧਰੰਗ ਦਾ ਦੌਰਾ ਪੈ ਗਿਆ। ਉਹ ਕਹਿੰਦਾ ਵੀ ਹੋਇਆ ਕੀ ਹੈ? ਉਹ ਕਹਿੰਦੀ ਵੀ ਹੱਥ 'ਚ ਫੋਨ ਹੈ, ਮੂੰਹ ਆਕੜਿਆ ਹੋਇਆ ਅਤੇ ਫੋਨ ਤਾਂ ਫੜਿਆ ਅਤੇ ਉਹ ਆਕੜ ਗਈ, ਫਟਾਫਟ ਘਰ ਆ ਜਾ, ਡਾਕਟਰ ਲੈ ਕੇ ਜਾਣਾ ਪੈਣਾ। ਉਹ ਕਹਿੰਦਾ ਬੇਬੇ ਫਿਕਰ ਨਾ ਕਰ, ਤੂੰ ਕਿਸੇ ਡਾਕਟਰ ਨੇ ਲਿਆਉਣਾ ਪੈਣਾ, ਕੋਈ ਅਧਰੰਗ ਦਾ ਦੌਰਾ ਨਹੀਂ ਪਿਆ। ਉਹ ਸੈਲਫੀ ਲੈ ਰਹੀ ਆ, ਸੈਲਫੀ ਖਿੱਚ ਰਹੀ ਆਪਣੀ, ਤਾਂ ਮੂੰਹ ਇੱਦਾਂ ਕੀਤਾ ਹੋਇਆ ਵਿੰਗਾ, ਕਹਿੰਦੀ ਸੜ ਜਾਣ ਤੁਹਾਡੀਆਂ ਸੈਲਫੀਆਂ, ਮੈਨੂੰ ਤਾਂ ਡਰਾ ਕੇ ਰੱਖਤਾ ਸੀਗਾ। ਸੋ ਸੈਲਫੀਆਂ ਦੀ ਗੱਲ ਆਪਾਂ ਅਕਸਰ ਕਰੀ ਦੀ ਹੈ। ਔਰ ਕਿਸੇ ਨੂੰ ਪੁੱਛਿਆ, ਮੌਲ ਗਈ ਕੋਈ ਲੇਡੀ, ਉਹਨੂੰ ਪੁੱਛਿਆ ਵੀ ਕੀ ਲੈ ਕੇ ਆਈ ਆ, ਉਹ ਕਹਿੰਦੀ ਵੀ 4 ਰਬੜ ਬੈਂਡ ਅਤੇ 150 ਸੈਲਫੀ।
ਔਰ ਇੱਕ ਐਵਰੇਜ ਮੁਤਾਬਕ 150 ਸੈਲਫੀ ਖਿੱਚਦੇ ਨੇ ਇੰਨੀਆਂ ਕੁੜੀਆਂ ਖਾਸ ਤੌਰ 'ਤੇ। ਔਰ ਇੱਕ ਸਾਡੇ ਵੀ ਸੀ ਆਰਟਿਸਟ ਸੀ, ਮੈਂ ਉਹਨੂੰ ਪੁੱਛਿਆ, ਉਹ ਮਿੰਟ ਮਿੰਟ ਬਾਅਦ ਸੈਲਫੀ ਖਿੱਚੇ। ਮੈਂ ਕਿਹਾ ਵੀ ਸਟੇਜ 'ਤੇ ਪੁੱਛਿਆ ਵੀ ਵੱਧ ਤੋਂ ਵੱਧ ਸੈਲਫੀ ਖਿੱਚੇ ਬਿਨਾਂ ਕਿੰਨਾ ਸਮਾਂ ਕੱਢ ਸਕਦੀ। ਉਹ ਕਹਿੰਦੀ ਵੀ 2 ਮਿੰਟ। ਮੈਂ ਵੀ ਹਿਸਾਬ ਲਾਇਆ ਸਟੇਜ 'ਤੇ ਜਦੋਂ ਗਾਉਂਦੀ ਸੀਗੀ ਉਦੋਂ ਵੀ ਨਾਲ ਨਾਲ ਫਿਰ ਸੈਲਫੀਆਂ ਨਾਲ ਨਾਲ ਚੱਲਦੀਆਂ ਸੀਗੀਆਂ। ਪਰ ਸੈਲਫੀਆਂ ਲੈਣ ਵਾਲੇ ਸਾਵਧਾਨ ਹੋ ਜਾਓ, ਕਿਉਂਕਿ ਅਕਸਰ ਆਪਾਂ ਇਹ ਨਹੀਂ ਦੇਖਦੇ ਵੀ ਸੈਲਫੀ ਕਿੱਥੇ ਲੈਣੀ ਕਿੱਥੇ ਨਹੀਂ ਲੈਣੀ। ਖਤਰਨਾਕ ਜਗ੍ਹਾ ਵੀ ਸੈਲਫੀਆਂ ਆਪਾਂ ਦੇਖੀਆਂ ਲੈਂਦੇ, ਲੋਕ ਰੇਲਵੇ ਦੇ ਅੱਗੇ ਸੈਲਫੀ ਲੈਂਦੇ, ਕਿਤੇ ਕੋਈ ਕਿਤੇ, ਕੋਈ ਕਿਤੇ, ਕੋਈ ਕਿਤੇ, ਕੋਈ ਸ਼ੇਰ ਨਾਲ ਸੈਲਫੀ ਲੈਂਦਾ ਸੀ, ਉਹਨੇ ਝਪਟਾ ਮਾਰ ਲਿਆ। ਪਰ ਇਹ ਜਲਾਲਪੁਰ ਜੱਟਾਂ ਜਿਹੜੀ ਖਬਰ ਆ, ਇਹ ਆ ਵੀ ਸੈਲਫੀ ਲੈ ਰਿਹਾ ਸੀ ਕੋਈ ਨੌਜਵਾਨ ਸੱਪ ਦੇ ਨਾਲ। ਮੈਂ ਫੋਟੋ ਵੀ ਦਿਖਾਈ ਸੀ ਵੈਸੇ ਕਾਫੀ ਦੇਰ ਪਹਿਲਾਂ, ਉਹ ਇਸ ਤਰ੍ਹਾਂ ਦੀ, ਉਹ ਖੈਰ ਮੈਂ ਪੰਜਾਬ ਦਾ ਨਹੀਂ ਸੀ, ਉਹ ਕਿਤੇ ਸਾਊਥ ਦੀ ਕੋਈ ਸੀਗੀ। ਸੈਲਫੀ ਸੱਪ ਦੇ ਨਾਲ ਲੈ ਰਿਹਾ ਸੀ, ਸੱਪ ਨੇ ਉਹਨੂੰ ਡੰਗਤਾ, ਡਸਤਾ, ਉਸ ਤੋਂ ਬਾਅਦ ਉਹਦੀ ਮੌਤ ਹੋ ਗਈ। ਦੇਖੋ ਜੀ ਇਹ ਤਾਂ ਗਲਤ ਗੱਲ ਹੈ ਨਾ। ਵੈਸੇ ਵੀ ਇਹ ਤਾਂ ਸੱਪਾਂ ਬਾਰੇ ਤਾਂ ਵੈਸੇ ਹੀ ਕਿਹਾ ਵੀ ਸੱਪਾਂ ਦੇ ਪੁੱਤ ਕਿਸੇ ਦੇ ਮਿੱਤ ਨਹੀਂ ਹੁੰਦੇ, ਅਤੇ ਤੂੰ ਪਤੰਦਰਾ ਉਹਨਾਂ ਨਾਲ ਸੈਲਫੀਆਂ ਲੈ ਰਿਹਾ, ਕੋਈ ਗੱਲ ਬਣਦੀ ਆ? ਥੋੜ੍ਹੀ ਅਕਲ ਨੂੰ ਹੱਥ ਮਾਰ। ਵੈਸੇ ਵੀ ਸੱਪ ਨੇ ਸੋਚਿਆ ਹੋਣਾ, ਜਦੋਂ ਉਹਨੇ ਸੈਲਫੀ ਲੈਣ ਲੱਗਿਆ ਹੋਣਾ, ਸੱਪ ਨੇ ਸੋਚਿਆ ਹੋਣਾ ਵੀ ਇਹ ਪਤਾ ਨਹੀਂ ਵੀ ਮੈਂ ਕੋਈ ਵੱਡਾ ਐਕਟਰ ਹਾਂ, ਮੈਂ ਪਤਾ ਨਹੀਂ ਸ਼ਾਹਰੁਖ ਖਾਨ ਆ ਕਿ ਮੈਂ ਸਲਮਾਨ ਖਾਨ ਆ, ਜਿਹੜਾ ਮੇਰੇ ਨਾਲ ਸੈਲਫੀਆਂ ਖਿੱਚ ਰਿਹਾ। ਅਤੇ ਫਿਰ ਦੂਜਾ ਉਹਨੇ ਤਾਂ ਡੰਗ ਮਾਰਿਆ ਹੋਊਗਾ ਵੀ ਤੂੰ ਮੇਰੀ ਪਰਮਿਸ਼ਨ ਤੋਂ ਬਿਨਾਂ ਸੈਲਫੀ ਖਿੱਚ ਰਿਹਾ। ਇੱਦਾਂ ਇੱਕ ਹੋਰ ਖਬਰ ਸੈਲਫੀ ਆਈ ਹੈ, ਬੜੀ ਫਨੀ ਜਿਹੀ ਖਬਰ ਹੈਗੀ ਹੈ ਵੀ ਸਾਂਝੀ ਕਰਨ ਤੁਹਾਡੇ ਨਾਲ। ਬੰਦੇ ਕੋਈ ਬਾਹਰੋਂ ਗਿਆ, ਬਾਹਰਲੇ ਮੁਲਕ ਤੋਂ ਇੰਡੀਆ ਗਿਆ, ਅਤੇ ਪੰਜਾਬ ਦੇ ਵਿੱਚ ਮੱਝਾਂ ਮੁੱਝਾਂ ਸੀਗੀਆਂ, ਅਤੇ ਉਹ ਚਾਅ ਚਾਅ 'ਚ ਉਈ ਚੌੜ ਚੌੜ ਦੇ ਵਿੱਚ ਮੱਝ ਦੇ ਉੱਪਰ ਬਿਠਾ ਤਾ ਉਹਨੂੰ, ਜਵਾਕ ਕੋਈ ਮੁੰਡਾ, ਜਵਾਕ ਯੰਗ ਕਹਿ ਲਓ ਚਾਹੇ, ਉਹ ਬਿਠਾ ਤਾ ਅਤੇ ਉਹ ਕਹਿੰਦਾ ਮੈਨੂੰ ਮੇਰੀ ਸੈਲਫੀ ਸਟਿੱਕ ਫੜਾ, ਮੈਂ ਮੱਝ 'ਤੇ ਬੈਠ ਕੇ ਸੈਲਫੀ ਖਿੱਚਣੀ ਆ। ਲਓ ਜੀ ਉਹਨੇ ਫੋਨ ਫਸਾਇਆ ਸੈਲਫੀ ਸਟਿੱਕ ਦੇ ਵਿੱਚ, ਉਹਨੂੰ ਫੜਾ ਤੀ, ਤਾਂ ਉਹਨੇ ਐਂ ਜਦੋਂ ਕੀਤੀ ਆ ਅੱਗਿਓਂ ਸੈਲਫੀ ਲੈਣ ਵਾਸਤੇ ਜਿਹੜੀ ਉਹ ਸਟਿੱਕ ਜੀ ਹੁੰਦੀ ਆ, ਅਤੇ ਮੱਝ ਨੇ ਸੱਜੀ ਅੱਖ ਨਾਲ ਤਾਂ ਹੁਣ ਦੇਖਿਆ ਵੀ ਇਹ ਕੀ ਹੈ। ਉਹਨੇ ਸੋਚਿਆ ਵੀ ਪਤਾ ਨਹੀਂ ਮੇਰੇ ਸੋਟੀ ਮਾਰਨ ਲੱਗਾ, ਅਤੇ ਉਹਨੇ ਇੱਕਦਮ ਦੁੜਕੀ ਮਾਰੀ। ਬੰਦੇ ਨੇ ਬਥੇਰਾ ਜ਼ੋਰ ਲਾਇਆ ਜੀ ਮੈਂ ਸੋਟੀ ਮਾਰਨ ਨਹੀਂ ਲੱਗਾ, ਇਹ ਸੋਟੀ ਮਾਰਨ ਵਾਲੀ ਨਹੀਂ ਹੈ, ਇਹ ਸੈਲਫੀ ਸਟਿੱਕ ਹੁੰਦੀ ਆ। ਉਹ ਮੱਝ ਨੂੰ ਪਰ ਕਿੱਥੇ ਪਤਾ ਹੁਣ ਕਿਹੜੀ ਸਟਿੱਕ ਹੁੰਦੀ ਹੈ, ਅਤੇ ਮੱਝ ਨੇ ਮਾਰੀ ਦੁੜਕੀ, ਅਤੇ ਬੰਦਾ ਥੱਲੇ, ਨਾਲੇ ਉਹ ਮੁੰਡਾ ਥੱਲੇ, ਅਤੇ ਨਾਲੇ ਉਹਦਾ ਫੋਨ ਥੱਲੇ। ਸਭ ਤੋਂ ਪਹਿਲਾਂ ਉਹਨੇ ਸੱਜਾ ਪੈਰ ਜਿਹੜਾ ਮੱਝ ਨੇ ਫੋਨ ਦੇ ਉੱਪਰ ਰੱਖਿਆ, ਸੱਜਾ ਪੈਰ ਫੋਨ 'ਤੇ ਰੱਖ ਕੇ, ਅਤੇ ਮੁੜ ਕੇ ਉਦੋਂ ਬਾਅਦ ਫੋਨ ਤੋੜਤਾ, ਅਤੇ ਉਸ ਤੋਂ ਬਾਅਦ ਦੁੜਕੀ ਲਾ ਕੇ ਭੱਜ ਗਈ। ਅਤੇ ਨਾਲ ਦੀ ਨਾਲ ਉਹਨੇ ਇਹ ਵੀ ਕਿਹਾ ਵੀ ਕਿਸੇ ਗੈਰ ਔਰਤ ਦੇ ਨਾਲ ਸੈਲਫੀ ਲੈਣ ਤੋਂ ਪਹਿਲਾਂ ਉਹਦੀ ਪਰਮਿਸ਼ਨ ਜ਼ਰੂਰ ਲੈਣੀ ਚਾਹੀਦੀ ਹੈ। ਚਲੋ ਇਹੋ ਜਿਹੀ ਸੈਲਫੀ ਦੀਆਂ ਗੱਲਾਂ ਤਾਂ ਆਪਾਂ ਜਿੰਨੀਆਂ ਮਰਜ਼ੀ ਕਰੀਏ ਮੁੱਕਦੀਆਂ ਨਹੀਂ ਹੈਗੀਆਂ। ਪਰ ਯੂਕੇ ਦੀ ਇੱਕ ਖੋਜ ਜਿਹੜੀ ਆਈ ਹੈ, ਇੰਗਲੈਂਡ ਦੀ ਖੋਜ ਆਈ ਹੈ ਵੀ 2040 ਤੱਕ ਦੁਨੀਆ ਦੀ ਸਾਰੀ ਬਿਜਲੀ ਜਿਹੜੀ ਹੈ ਉਹ ਕੰਪਿਊਟਰ ਖਾ ਜੂਗਾ। ਜਾਣੀ ਹੁਣ ਤੋਂ 20 ਸਾਲ ਬਾਅਦ ਦੁਨੀਆ ਦੀ ਜ਼ਿਆਦਾਤਰ ਬਿਜਲੀ ਇਹਨਾਂ ਨੇ ਸਾਰੀ ਕਿਹਾ ਸਰਵੇ ਦੇ ਵਿੱਚ ਵੀ ਕੰਪਿਊਟਰ ਨੇ ਖਾ ਜਾਣੀ ਹੈ। ਹੁਣ ਸਮਝ ਆਈ ਵੀ ਪੰਜਾਬ ਸਰਕਾਰ ਜਿਹੜੀ ਹੈ ਉਹ ਬਿਜਲੀ ਬਣਾਉਂਦੀ ਕਿਉਂ ਨਹੀਂ, ਪੰਜਾਬ ਦੇ ਵਿੱਚ ਬਿਜਲੀ ਜਿਹੜੀ ਉਹ ਬਣਾਉਂਦੇ ਕਿਉਂ ਨਹੀਂ। ਉਹਨਾਂ ਨੂੰ ਪਤਾ ਵੀ ਹੋਰ 20 ਸਾਲ ਸਾਡੇ ਕੰਮ ਤਾਂ ਆਉਣੀ ਨਹੀਂ, ਕੰਪਿਊਟਰ ਨੇ ਖਾ ਜਾਣੀ, ਅਸੀਂ ਬਣਾਈਏ ਕਾਹਤੋਂ। ਪੰਜਾਬ ਦੀ ਗੱਲ, ਇੱਕ ਬੱਚਾ ਨਹੀਂ ਸੀ ਜਿਵੇਂ ਕੋਈ ਬੱਚਾ ਸੀਗਾ ਫੇਲ ਹੋ ਗਿਆ ਸਕੂਲੋਂ, ਫੇਲ ਹੋਣ ਤੋਂ ਬਾਅਦ ਕਹਿੰਦਾ ਵੀ ਚੰਗਾ ਹੋਇਆ, ਕਹਿੰਦਾ ਮੈਂ ਸਾਰਾ ਸਾਲ ਮਿਹਨਤ ਨਹੀਂ ਕੀਤੀ, ਜੇ ਮੈਂ ਮਿਹਨਤ ਕਰਦਾ ਤਾਂ ਮੇਰੀ ਸਾਰੀ ਮਿਹਨਤ ਬੇਕਾਰ ਜਾਣੀ ਸੀ, ਪਾਸ ਤਾਂ ਮੈਂ ਹੋਣਾ ਨਹੀਂ ਸੀ ਫੇਰ ਵੀ। ਵੀ ਜੇ ਤੂੰ ਮਿਹਨਤ ਕਰਦਾ ਪਤੰਦਰਾ ਬੇਕਾਰ ਕਿਉਂ ਜਾਂਦੀ, ਫਿਰ ਤਾਂ ਪਾਸ ਹੋ ਜਾਂਦਾ। ਕਹਿੰਦਾ ਮੈਂ ਚੰਗਾ ਕੀਤਾ ਸਾਰਾ ਸਾਲ ਮਿਹਨਤ ਨਹੀਂ ਕੀਤੀ। ਸੋ ਇਹ ਯੂਕੇ ਦੀ ਖੋਜ ਜਿਹੜੀ ਹੈਗੀ ਕੰਪਿਊਟਰ ਬਿਜਲੀ ਖਾ ਜਾਏਗਾ, ਇਹ ਉਹਨਾਂ ਨੇ 20 ਸਾਲ ਹੋਰ ਦਿੱਤੇ ਆ, ਹੁਣ ਪਤਾ ਨਹੀਂ ਕੀ ਬਣਦਾ ਕੀ ਨਹੀਂ ਬਣਦਾ, ਅੱਗੇ ਆਉਣ ਵਾਲਾ ਸਮਾਂ ਦੱਸੇਗਾ। ਅਗਲੀ ਖਬਰ ਆਪਾਂ ਲੈਂਦੇ ਹਾਂ ਜੀ, ਜਰਮਨੀ ਦੇ ਇੱਕ ਬੰਦੇ ਨੇ 940 ਕਿਲੋ ਦੀ ਸਾਈਕਲ ਬਣਾ ਕੇ ਵਿਸ਼ਵ ਰਿਕਾਰਡ ਕਾਇਮ ਕੀਤਾ। ਵਿਸ਼ਵ ਰਿਕਾਰਡ ਪਤਾ ਨਹੀਂ ਕਾਹਦੇ ਕਾਹਦੇ 'ਚ ਲੋਕ ਬਣਾਈ ਜਾਂਦੇ ਆ। ਉਹ ਇਹਨੇ ਪਤੰਦਰ ਨੇ 940 ਕਿਲੋ ਦੀ ਕੁਆਂਟਲ, ਮਤਲਬ ਲਗਭਗ 1000 ਕਿਲੋਗ੍ਰਾਮ ਦੀ ਹੋ ਗਈ, 1000 ਕਿਲੋਗ੍ਰਾਮ ਦੇ ਵਿੱਚ 10 ਕੁਆਂਟਲ ਹੋ ਗਏ। 10 ਕੁਆਂਟਲ ਦੀ ਸਾਈਕਲ, ਇਹ ਵੀ ਬੰਦੇ ਦਾ ਦਿਮਾਗ ਹਿੱਲਿਆ ਲੱਗਦਾ, ਇੰਨਾ ਲੋਹਾ ਸਾਈਕਲ 'ਤੇ ਲਾਤਾ। 10 ਕੁਆਂਟਲ ਤਾਂ ਮੇਰੇ ਖੈਰ ਕਾਰ ਦਾ ਭਾਰ ਨਹੀਂ ਹੁੰਦਾ, ਇਹਨੇ ਸਾਈਕਲ ਇੰਨੀ ਭਾਰੀ ਬਣਾਤੀ। ਇਹਨੂੰ ਪਤੰਦਰ ਨੂੰ ਬੰਦਾ ਪੁੱਛੇ ਵੀ ਜੇ ਸਾਈਕਲ ਪੈਂਚਰ ਪੁੰਚਰ ਹੋ ਜਾਏ ਅਤੇ ਪੈਂਚਰ ਲਵਾਉਣ ਜਾਏਗਾ, ਅਤੇ ਅਗਲੇ ਨੇ 1.5 ਲੱਖ ਰੁਪਇਆ ਮੰਗ ਲੈਣਾ ਪੈਂਚਰ ਲਵਾਉਣ ਦਾ ਹੀ। ਉਹਨੇ ਕਿਹਾ ਵੀ ਮੈਂ ਕਿਹੜਾ ਇਹਦੇ ਥੱਲੇ ਜੈਕ ਲਾਉਣਾ, ਮੈਨੂੰ ਤਾਂ ਕਿੱਦਾਂ ਚੱਕੂ ਇੰਨੀ ਭਾਰੀ ਨੂੰ।
ਤੇ ਦੂਜਾ ਇਸ ਸਾਈਕਲ ਜੇ ਪੰਜਾਬ ਦੇ ਵਿੱਚ ਆ ਗਈ ਤਾਂ ਇਹਦੀ ਬੜੀ ਸਮੱਸਿਆ ਆਉਣੀ ਹੈ, ਕਿਉਂਕਿ ਪੰਜਾਬ ਦੇ ਵਿੱਚ ਅਕਸਰ ਰੇਲਵੇ ਫਾਟਕ ਜਿਹੜੇ ਹੈਗੇ ਨੇ, ਅੱਜ ਕੱਲ੍ਹ ਤਾਂ ਘੱਟ ਗਏ, ਪਰ ਜਿੱਥੇ ਜਿੱਥੇ ਵੀ ਹੈਗੇ ਨੇ ਰੇਲਵੇ ਫਾਟਕ, ਉੱਥੇ ਅਕਸਰ ਦੇਖਿਆ ਆਪਾਂ ਕਿਸੇ ਫਾਟਕ ਬੰਦ ਹੁੰਦਾ ਅਤੇ ਬੰਦਾ ਸਾਈਕਲ ਮੋਢਿਆਂ 'ਤੇ ਰੱਖ ਕੇ ਅਤੇ ਵਜਦੀ ਨਿਕਲ ਕੇ ਪਾਰ ਕਰ ਜਾਂਦਾ ਰੇਲਵੇ ਫਾਟਕ ਅਤੇ ਅਗਲੇ ਪਾਸੇ ਜਾ ਕੇ ਫਿਰ ਸਾਈਕਲ 'ਤੇ ਚੜ੍ਹ ਜਾਂਦਾ। ਇਹ ਜਿਹੜੀ ਸਾਈਕਲ ਆ ਫਿਰ ਇਹ ਤਾਂ ਨਹੀਂ ਰੇਲਵੇ ਫਾਟਕ ਨੂੰ ਪਾਰ ਕਰਦੀ, ਇਹ ਤਾਂ ਬੰਦੇ ਨੂੰ ਪਾਰ ਕਰ ਦੂਗੀ। ਫਿਰ ਇਹ ਹੈ ਵੀ ਜੇ ਸਟੈਂਡ ਸਟੂੰਡ ਲਾਉਂਦੇ ਕਿਤੇ ਡਿੱਗ ਡੁੱਗ ਪਈ ਉੱਪਰ ਬੰਦੇ ਦੇ ਤਾਂ ਵੀ ਖਤਰਾ ਹੀ ਹੈਗਾ, ਸੋ ਇਹਨੇ ਵਿਸ਼ਵ ਗੱਲ ਬਣਾਇਆ ਤਾਂ ਹੈਗਾ, ਪਰ ਇਹ ਹੋ ਸਕਦਾ ਬਣਾ ਕੇ ਇੱਕ ਜਗ੍ਹਾ ਰੱਖਤੀ ਹੋਵੇ, ਚਲਾਉਂਦਾ ਇਹਨੂੰ ਕਿਵੇਂ ਹੋਊਗਾ ਇਹ ਨਹੀਂ ਸਮਝ ਆਉਂਦੀ ਵੀ ਇੰਨੀ ਭਾਰੀ ਸਾਈਕਲ ਨੂੰ ਚਲਾਉਂਦਾ ਕਿਵੇਂ ਹੋਊਗਾ, ਚੈਨ ਕਿਹੋ ਜਿਹੀ ਹੋਊਗੀ। ਆਹੋ ਸੱਚ, ਸਾਈਕਲ ਦੇ ਵਿੱਚ ਤਾਂ ਕੁੱਤੇ ਵੀ ਹੁੰਦੇ ਆ, ਐਡੀ ਵੱਡੀ ਸਾਈਕਲ ਦੇ ਵਿੱਚ ਵੀ ਕੁੱਤੇ ਨਹੀਂ ਹੋਣੇ, ਹਾਥੀ ਹੀ ਹੋਣੇ ਮੈਨੂੰ ਲੱਗਦਾ, ਐਡੀ ਵੱਡੀ ਸਾਈਕਲ ਹੈ। ਵੈਸੇ ਜੇ ਕੁੱਤੇ ਵੀ ਹੋਏ ਤਾਂ ਮੇਰੇ ਖਿਆਲ ਘੱਟੋ ਘੱਟ ਜਰਮਨ ਸ਼ੈਫਰਡ ਕੁੱਤੇ ਜਿਹੜੇ ਉਹ ਹੋਣਗੇ, ਇੱਦੂ ਛੋਟੇ ਮਾੜੇ ਮੋਟੇ ਕੁੱਤਿਆਂ ਨਾਲ ਤਾਂ ਉਹਦੀ ਗੱਲ ਬਣਨੀ ਨਹੀਂ ਹੈਗੀ। ਔਰ ਜੇ ਕਿਤੇ ਕੁੱਤੇ ਫੇਲ ਹੋ ਗਏ ਅਤੇ ਜਾਂ ਸਾਈਕਲ ਦੀ ਚੇਨ 'ਚ ਕਿਤੇ ਪਹੁੰਚਾ ਫਸ ਗਿਆ, ਫੇਰ ਭਾਈ ਤੇਰੀ ਖੈਰ ਨਹੀਂ। ਸੋ ਜਰਮਨ ਦੇ ਭਾਈ ਸਾਹਿਬ, ਆਪਣਾ ਸਾਈਕਲ ਜਿਹੜਾ ਇਹ ਧਿਆਨ ਨਾਲ ਚਲਾਓ। ਅਗਲੀ ਖਬਰ ਜਿਹੜੀ ਹੈ ਜੀ, ਗਲਾਸਕੋ ਦੀ ਰਿਸਰਚ ਹੈਗੀ, ਇੱਕ ਗਲਾਸਕੋ ਦੀ ਰਿਸਰਚ ਹੈਗੀ ਹੈ ਵੀ ਬੱਚੇ ਜਿਹੜੇ ਹੈਗੇ ਨੇ ਉਹ ਸਿਆਣਪ ਜਿਹੜੀ ਹੈ ਉਹ ਆਪਣੀ ਮਾਂ ਕੋਲੋਂ ਸਿੱਖਦੇ ਆ, ਪਿਓ ਕੋਲੋਂ ਨਹੀਂ। ਸਿਆਣੀਆਂ ਗੱਲਾਂ, ਹੋ ਸਕਦਾ ਜੀ ਸਹੀ ਹੋਵੇ ਵੀ ਵੈਸੇ ਬੱਚਾ ਮਾਂ ਕੋਲ ਜ਼ਿਆਦਾ ਰਹਿੰਦਾ, ਜਿਹੋ ਜੇ ਮਾਂ ਉਹਨੂੰ ਸਿਖਾਊਗੀ ਉਹੋ ਜਿਹਾ ਹੀ ਜ਼ਿਆਦਾ ਸਿੱਖਦਾ ਬੱਚਾ, ਇਹ ਕਹਿੰਦੇ ਆ। ਵੈਸੇ ਵੀ ਕਹਿੰਦੇ ਵੀ ਜਿਹੜੀਆਂ ਗੂੰਗੇ ਦੀਆਂ ਰਮਜਾਂ ਗੂੰਗੇ ਦੀ ਮਾਂ ਜਿਹੜੀ ਸਮਝ ਲੈਂਦੀ ਹੈ, ਬੱਚਾ ਛੋਟਾ ਹੁੰਦਾ ਬੋਲਦਾ ਕੁਛ ਨਹੀਂ, ਲੇਕਿਨ ਮਾਂ ਨੂੰ ਸਾਰਾ ਪਤਾ ਲੱਗ ਜਾਂਦਾ ਵੀ ਇਹਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ। ਪਰ ਜੇ ਗੱਲ ਇਹ ਕਰੀਏ ਵੀ ਸਿਆਣਪ ਜਿਹੜੀ ਹੈ ਵੀ ਉਹ ਮਾਂ ਕੋਲੋਂ ਸਿੱਖਦੇ ਆ, ਪਿਓ ਕੋਲੋਂ ਨਹੀਂ, ਇਹ ਤਾਂ ਮੈਨੂੰ ਨਹੀਂ ਸਮਝ ਆਉਂਦੀ। ਮੈਂ ਹੁਣ ਇਹਦਾ ਕੀ ਇਹਦਾ ਚੀਰ ਫਾੜ ਕਰਾਂ ਇਸ ਖਬਰ ਦਾ, ਪਰ ਵੈਸੇ ਅਕਸਰ ਦੇਖਿਆ ਘਰਾਂ ਦੇ ਵਿੱਚ ਵੀ ਕੋਈ ਚੰਗੀ ਗੱਲ ਜਿਹੜੀ ਹੁੰਦੀ ਹੈ ਬੱਚੇ ਦੇ ਵਿੱਚ ਤਾਂ ਉਹ ਹਮੇਸ਼ਾ ਇਹ ਕਹਿੰਦੀ ਉਹਦੀ ਮਾਂ ਵੀ ਨਾਨਕਿਆਂ 'ਤੇ ਗਿਆ, ਨਾਨਕਿਆਂ ਤੋਂ ਸਿੱਖੀ ਹੈ। ਤਾਂ ਜੇ ਬੱਚੇ ਨੇ ਗਾਲ ਕੱਢਣੀ ਸਿੱਖੀ ਆ ਉਹ ਪੈਂਦਿਆਂ ਇਹੀ ਕਹਿਣਾ ਵੀ ਚਾਚੇ 'ਤੇ ਗਿਆ, ਚਾਚੇ ਨੇ ਸਿਖਾਈਆਂ। ਇਹ ਅਕਸਰ ਹੁੰਦਾ ਵੀ ਹੈ, ਚਾਚੇ ਸਿਖਾਉਂਦੇ ਵੀ ਹੈ, 'ਚ ਕੋਈ ਸ਼ੱਕ ਨਹੀਂ ਹੈਗਾ। ਸੋ ਅਕਸਰ ਇਹ ਹੁੰਦਾ ਕੋਈ ਵੀ ਚੰਗਾ ਕੰਮ ਕੀਤਾ ਬੱਚਾ, ਜੇ ਕੋਈ ਨੰਬਰ ਚੰਗੇ ਲਾਇਆ ਤਾਂ ਉਹਨਾਂ ਨੇ ਕਹਿਣਾ ਵੀ ਨਾਨਕਿਆਂ 'ਤੇ ਗਿਆ। ਕੋਈ ਹੋਰ ਚੰਗਾ ਕੰਮ ਕੀਤਾ, ਕੋਈ ਮੱਲਾਂ ਮਾਰੀਆਂ ਤਾਂ ਨਾਨਕਿਆਂ 'ਤੇ ਹੀ ਜਾਂਦਾ ਬੱਚਾ, ਜ਼ਿਆਦਾਤਰ ਹਰ ਘਰ 'ਚ ਨਹੀਂ। ਜੇ ਫੇਲ ਹੋ ਗਿਆ ਜਾਂ ਲਾਂਭਾ ਆ ਗਿਆ ਫੇਰ ਕਹਿਣਾ ਵੀ ਪਿਓ 'ਤੇ ਗਿਆ, ਹਟਦਾ ਨਹੀਂ ਪਿਓ 'ਤੇ ਗਿਆ। ਸੋ ਇਹ ਗੱਲਾਂ ਬਾਤਾਂ ਜਿਹੜੀਆਂ ਬੱਚਿਆਂ ਦੀਆਂ ਹੈਗੀਆਂ ਇਹ ਅਕਸਰ ਆਪਾਂ ਕਰਦੇ ਰਹੀਦਾ, ਚੰਗੀਆਂ ਆਦਤਾਂ ਜਿਹੜੀਆਂ ਬੱਚਿਆਂ ਦੀਆਂ। ਵੈਸੇ ਤਾਂ ਕੋਈ ਇਹ ਚੰਗੀ ਗੱਲ ਹੈ, ਇਹ ਸਰਵੇ ਗਲਤ ਨਹੀਂ ਲੱਗਦਾ ਵੀ ਮਾਂ ਕੋਲੋਂ ਹੀ ਜ਼ਿਆਦਾਤਰ ਬੱਚਾ ਸਿੱਖਦਾ ਹੈਗਾ, ਉਦੋਂ ਬਾਅਦ ਪਿਓ ਤਾਂ ਹੁਣ ਘਰ ਆਏ ਤਾਂ ਹੁਣ ਕਈ ਤਾਂ ਜਿਹੜੇ ਹੈਗੇ ਨੇ ਸੰਡੇ ਵਾਲੇ ਭਾਈ ਬਣ ਜਾਂਦੇ ਆ, ਅਤੇ ਉਹਨਾਂ ਨੂੰ ਕੀ ਪਤਾ ਵੀ ਬੱਚਾ ਕੀ ਸਿੱਖਦਾ ਕੀ ਨਹੀਂ ਸਿੱਖਦਾ। ਸੰਡੇ ਵਾਲੇ ਭਾਈ ਤੋਂ ਭਾਵ ਇੱਕ ਜੋਕ ਸੀ ਸਾਡਾ ਕੈਸਟ ਦੇ ਵਿੱਚ, ਕੋਈ ਲਾਲਾ ਜੀ ਸੀਗੇ ਕੰਮ 'ਤੇ ਰਹਿੰਦੇ ਸੀ ਜ਼ਿਆਦਾਤਰ, ਸਵੇਰੇ ਤੜਕੇ ਚੱਲ ਜਾਣਾ ਅਤੇ ਰਾਤੀ ਆਉਣਾ, ਨਿਆਣੇ ਜਾਂਦਿਆਂ ਨੂੰ ਸੁੱਤੇ ਹੁੰਦੇ ਸੀਗੇ ਅਤੇ ਜਦੋਂ ਘਰੋਂ ਆਉਂਦਾ ਸੀ ਉਦੋਂ ਵੀ ਸੁੱਤੇ ਹੁੰਦੇ ਸੀ, ਤਾਂ ਉਹ ਇੱਦਾਂ ਹੀ ਰਹਿਣਾ। ਅਤੇ ਐਤਵਾਰ ਉਹ ਘਰ ਹੁੰਦਾ ਸੀ, ਐਤਵਾਰ ਦੁਕਾਨ ਬੰਦ ਕਰਕੇ ਘਰ ਹੁੰਦਾ ਸੀ, ਐਤਵਾਰ ਨਿਆਣਿਆਂ ਨੂੰ ਮਿਲਦਾ ਸੀ ਅਤੇ ਗੱਲਾਂ ਬਾਤਾਂ ਕਰਦਾ ਸੀ, ਪਰ ਐਤਵਾਰ ਵੀ ਜ਼ਿਆਦਾਤਰ ਉਹ ਕੰਮ ਕਰਦੀ ਕੰਮਕਾਰ ਦੇ ਵਿੱਚ ਰੁੱਝਿਆ ਰਹਿੰਦਾ ਸੀ। ਅਤੇ ਇੱਕ ਦਿਨ ਕੀ ਹੋਇਆ, ਕਿਤੇ ਹੜਤਾਲ ਹੜਤੂਲ ਹੋ ਗਈ ਬੁੱਧਵਾਰ ਨੂੰ ਕੋਈ, ਅਤੇ ਉਹ ਬੁੱਧਵਾਰ ਨੂੰ ਦੁਕਾਨ ਬੰਦ ਕਰਕੇ ਆ ਗਿਆ, ਘਰ ਆਇਆ, ਉਦੋਂ ਫੋਨ ਫੂਨ ਤਾਂ ਹੁੰਦੇ ਨਹੀਂ ਸੀਗੇ, ਘਰ ਆਇਆ ਬੈਲ ਮਾਰੀ ਆ ਕੇ, ਅਤੇ ਜਾਲੀ ਵਾਲਾ ਦਰਵਾਜ਼ਾ ਸੀਗਾ, ਉਹਦੀ ਮਾਂ ਨੇ ਉਹਦੀ ਘਰਵਾਲੀ ਨੇ ਕਿਹਾ ਆਪਣੇ ਬੱਚੇ ਨੂੰ ਦੇਖ ਪੁੱਤ ਬਾਹਰ ਕੌਣ ਹੈ, ਅਤੇ ਬੱਚੇ ਨੇ ਬਾਹਰ ਦੇਖਿਆ ਜਾਲੀ ਵਾਲੇ ਦਰਵਾਜ਼ੇ ਵਿੱਚੋਂ, ਦੀ ਉਹ ਕਹਿੰਦੀ ਮੰਮੀ ਇਹ ਸੰਡੇ ਵਾਲਾ ਭਾਈ ਆਇਆ ਵੀ ਦੱਸੋ ਬੂਆ ਖੋਲ ਦੇਵਾਂ ਕਿ ਨਾ ਖੋਲਾਂ, ਉਹ ਸੰਡੇ ਨੂੰ ਉਹਨੂੰ ਦੇਖਦੇ ਸੀਗੇ। ਸੋ ਬਹੁਤ ਸਾਰੇ ਸੰਡੇ ਵਾਲੇ ਭਾਈ ਜਿਹੜੇ ਹੈਗੇ ਨੇ ਉਹਨਾਂ ਨੂੰ ਵੀ ਪਤਾ ਬੱਚਿਆਂ ਨੂੰ ਹੁਣ ਬੱਚੇ ਕੀ ਸਿੱਖਦੇ ਕੀ ਨਹੀਂ ਕਰਦੇ, ਕੀ ਕਿੱਥੋਂ ਕੌਣ ਕਰਦਾ, ਜ਼ਿਆਦਾਤਰ ਮਾਂ ਨੂੰ ਹੀ ਪਤਾ ਹੁੰਦਾ। ਵੈਸੇ ਇਹ ਵਿਸ਼ਾ ਮੈਂ ਪਹਿਲਾਂ ਇਹ ਲੈਣ ਲੱਗਾ ਸੀ, ਫਿਰ ਮੈਂ ਕਿਹਾ ਨਹੀਂ ਚਲੋ ਆਪਾਂ ਥੋੜ੍ਹਾ ਜਿਹਾ ਅੱਜ ਰੱਖੀਦਾ ਟੈਕਨੀਕਲ ਵਿਸ਼ਾ ਰੱਖੀਦਾ ਜਾਂ ਟੈਕਨੀਕ 'ਤੇ ਰੱਖੀਦਾ ਜਾਂ ਇਹੋ ਜਿਹਾ ਵਿਸ਼ਾ ਰੱਖੀਦਾ ਜਿਹੜਾ ਕਿ ਸਾਨੂੰ ਸੋਚਣ ਵਾਸਤੇ ਮਜਬੂਰ ਕਰਦਾ। ਸੋ ਵਿਸ਼ਾ ਜਿਹੜਾ ਮੈਂ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝਾ ਕਰੂੰਗਾ, ਅਤੇ ਨਾਲ ਦੀ ਨਾਲ ਫਿਰ ਤੁਹਾਡੀਆਂ ਕਾਲਾਂ ਦਾ ਸਿਲਸਿਲਾ ਜਿਹੜਾ ਉਹ ਸ਼ੁਰੂ ਕਰ ਲਾਂਗੇ ਆਪਾਂ, ਪਰ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਤੁਸੀਂ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ ਲੈ ਕੇ ਅੱਜ ਦਾ ਵਿਸ਼ੇ ਵੱਲ ਚੱਲਦੇ ਹਾਂ। ਵੈਸੇ ਤਾਂ ਖਬਰ ਹੀ ਹੈਗੀ ਇਹ, ਖਬਰ ਦੇ ਨਾਲ ਜੁੜਦਾ ਵਿਸ਼ਾ ਮੈਂ ਰੱਖਿਆ ਹੈਗਾ। ਖਬਰ ਇਹ ਸੀਗੀ
ਕਿ ਪੜ੍ਹੀ ਹੋਊਗੀ ਸਾਡੇ ਦਰਸ਼ਕਾਂ ਨੇ ਸ਼ਾਇਦ ਅਖਬਾਰ ਦੇ ਵਿੱਚ ਜਾਂ ਟੀ ਵੀ 'ਤੇ ਵੀ ਦੇਖੀ ਸੁਣੀ ਹੋਊਗੀ ਕਿ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜਾ 2025 ਦੇ ਵਿੱਚ ਵੋਟਾਂ ਨਹੀਂ ਪੈਣੀਆਂ, 2025 ਦੇ ਵਿੱਚ ਪਾਣੀ ਕਹਿੰਦੇ ਖਤਮ ਹੋ ਜਾਣਾ। ਪਾਣੀ ਦਾ ਇਹ ਹਾਲ ਪੰਜਾਬ ਦੇ ਵਿੱਚ 2025 'ਚ ਖਤਮ ਹੋ ਜਾਣਾ। ਵੈਸੇ ਅਸੀਂ ਇਹ ਦੇਖਿਆ ਅਕਸਰ ਪਹਿਲਾਂ ਵੀ ਕਈ ਵਾਰੀ ਗੱਲਬਾਤ ਕੀਤੀ ਹੈ ਕਿ ਪਾਣੀ ਦਾ ਅਸੀਂ ਧਿਆਨ ਨਹੀਂ ਰੱਖਦੇ, ਪਾਣੀ ਦਾ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ। ਅਗਰ ਅਸੀਂ ਪਹਿਲੇ ਪਾਣੀਆਂ ਦੀ ਗੱਲ ਕਰੀਏ, ਖੂਹਾਂ ਵਾਲੇ ਪਾਣੀਆਂ ਦੀ ਗੱਲ ਕਰੀਏ, ਤਾਂ ਉਹਦੇ 'ਚ ਇੱਕ ਵੱਖਰਾ ਸਵਾਦ ਹੁੰਦਾ ਸੀ, ਮਿੱਠਾ ਪਾਣੀ ਹੁੰਦਾ ਸੀ, ਐਂ ਕਹਿੰਦੇ ਸ਼ਰਬਤ ਵਰਗਾ ਪਾਣੀ, ਜਿਹੜਾ ਐਵੇਂ ਨਹੀਂ ਕਹਿੰਦੇ ਸੀਗੇ। ਸੋ ਪਾਣੀ ਬਦਲਦਾ ਬਦਲਦਾ ਅੱਜ ਬਦਲ ਗਿਆ, ਪਾਣੀ ਅੱਜ ਬੋਤਲਾਂ ਦੇ ਵਿੱਚ ਆ ਗਿਆ। ਇਹ ਕਦੇ ਪਹਿਲਾਂ ਸਾਡੇ ਬਜ਼ੁਰਗਾਂ ਨੇ ਸੋਚਿਆ ਵੀ ਨਹੀਂ ਹੋਣਾ ਕਿ ਪਾਣੀ ਜਿਹੜਾ ਬੋਤਲਾਂ ਦੇ ਵਿੱਚ ਇੱਦਾਂ ਵਿਕੂਗਾ, ਇੱਦਾਂ ਮੁੱਲ ਲੈਣਾ ਪਊਗਾ ਜਾਂ ਲੋਕ ਲੈਂਦੇ ਨੇ। ਅਗਰ ਇੱਧਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਇੱਧਰ ਮੈਂ ਦੇਖਿਆ ਤਕਰੀਬਨ ਟੂਟੀ ਦਾ ਪਾਣੀ ਲੋਕ ਨਹੀਂ ਪੀਂਦੇ, ਘੱਟ ਪੀਂਦੇ ਨੇ, ਜਾਂ ਪਾਣੀ ਫਿਲਟਰ ਲਾਏ ਹੋਏ ਨੇ, ਜਾਂ ਫਿਰ ਜਿਹੜੇ ਹੈਗੇ ਨੇ ਘਰਾਂ ਦੇ ਵਿੱਚ ਪਾਣੀ ਦੀਆਂ ਬੋਤਲਾਂ ਲਿਆ ਕੇ ਉਹ ਪਾਣੀ ਵਰਤਦੇ ਨੇ ਇੱਧਰਲੇ ਮੁਲਕਾਂ ਦੇ ਵਿੱਚ ਵੀ। ਪਾਣੀ ਦਾ ਗੁਰਬਾਣੀ ਦੇ ਵਿੱਚ ਵੀ ਲਿਖਿਆ ਪਹਿਲਾਂ ਪਾਣੀ ਜੀਓ ਹੈ। ਪਰ ਇਹ ਜੇ ਅਸੀਂ ਗੱਲ ਕਰੀਏ ਵੀ 2025 ਦੇ ਵਿੱਚ ਪਾਣੀ ਮੁੱਕ ਜਾਣਾ, ਤਾਂ ਫਿਰ ਇਹਦਾ ਹਿਸਾਬ ਤਾਂ 2025 ਦਾ ਆਇਆ ਲਓ। 2025 ਤੋਂ ਪਹਿਲਾਂ ਤਾਂ ਮੈਨੂੰ ਲੱਗਦਾ 2 ਵਾਰ ਵੋਟਾਂ ਆਉਣੀਆਂ ਪੰਜਾਬ ਦੀ, ਇੱਕ ਤਾਂ ਆਹ ਵਿਧਾਨ ਸਭਾ ਦੀਆਂ ਆਉਣੀਆਂ, ਉਦੋਂ ਬਾਅਦ ਫਿਰ ਲੋਕ ਸਭਾ ਦੀਆਂ ਆਉਣੀਆਂ। ਪਰ ਇਹ ਜਿਹੜਾ ਵਿਸ਼ਾ ਹੈਗਾ, ਦੁੱਖ ਦੀ ਗੱਲ ਇਹ ਹੈ ਕਿ ਇਸ ਵਿਸ਼ੇ 'ਤੇ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਕਦੇ ਕਿਸੇ ਨੇ ਗੱਲ ਨਹੀਂ ਕੀਤੀ, ਕਦੇ ਕਿਸੇ ਨੇ ਸੋਚਿਆ ਨਹੀਂ ਹੈਗਾ। ਉਹ ਹਰਿਆਣੇ ਦਾ ਪਾਣੀ ਅਤੇ ਪੰਜਾਬ ਦਾ ਪਾਣੀ ਇਸੇ ਗੱਲ ਨੂੰ ਰੋਈ ਜਾਂਦੇ ਹੈਗੇ ਨੇ, ਪਰ ਜੇ ਸੱਚੀ ਮੁੱਚੀ ਇਹ ਨੌਬਤ ਆ ਗਈ ਪੰਜਾਬ ਦੇ ਵਿੱਚ, ਆਪਣੇ ਮੇਰੇ ਖਿਆਲ ਜਿੰਨੇ NRI ਜਾਂਦੇ ਨੇ, 99% ਜਿਹੜੇ ਨੇ ਉਹ ਪਾਣੀ ਮੁੱਲ ਵਾਲੇ ਪੀਂਦੇ ਆ, ਕਿਉਂਕਿ ਉੱਥੋਂ ਵਾਲੇ ਪਾਣੀ ਨਾਲ ਫਿਰ ਸਿਹਤ ਖਰਾਬ ਹੋ ਜਾਂਦੀ ਹੈ, ਇਹੋ ਜਿਹੀ ਖਰਾਬ ਹੁੰਦੀ ਹੈ, ਡਾਇਰੀਆ ਹੋ ਜਾਂਦਾ ਮੁੜ ਕੇ ਤੋਂ ਮੁੜ ਕੇ, ਕਈ ਕਈ ਦਿਨ ਨਹੀਂ ਸੂਤ ਆਉਂਦਾ, ਮਹੀਨਾ ਮਹੀਨਾ ਨਹੀਂ ਸੂਤ ਆਉਂਦਾ। ਮੈਂ ਆਪਣੇ ਕਈ ਯਾਰ ਦੋਸਤ ਦੇਖੇ ਪੰਜਾਬ ਜਾਂਦੇ, ਬਾਜੀ ਪਾਣੀ ਹੀ ਪੀਤਾ ਕਹਿੰਦੇ, ਉੱਥੇ ਇੱਕ ਪਾਸ ਘਰੇ ਗਏ ਸੀ, ਕਿਤੇ ਬੋਤਲ ਹੈ ਨਹੀਂ ਸੀ, ਬਸ ਪਾਣੀ ਹੀ ਪੀਤਾ, ਅਤੇ ਉਹ ਪਾਣੀ ਹੀ ਫਿਰ ਕੁੰਡਾ ਕਰ ਦਿੰਦਾ। ਪਾਣੀ ਵੈਸੇ ਦੇਖੋ ਇੱਕ ਐਸੀ ਚੀਜ਼ ਹੈ, ਪਾਣੀ ਪਾਣੀ ਪੰਜਾਬ ਦੇ ਪਾਣੀ ਐਸੀ ਚੀਜ਼ ਹੈ, ਅਸੀਂ ਦੇਖੋ ਜਿਹਦੇ ਤੋਂ ਬਿਨਾਂ, ਪਾਣੀ ਤੋਂ ਬਿਨਾਂ ਰਹਿੰਦੇ, ਪਾਣੀ ਸਾਡੇ ਕਿੰਨਾ ਕੰਮ ਆਉਂਦਾ ਹੈ। ਪਾਣੀ ਜੇ ਅਸੀਂ ਦੂਜਾ ਪੱਖ ਲਾਈਏ, ਜੇ ਚਲੋ ਜਿਹੜੇ ਲੋਕ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਉਹ ਨਾ ਅਸੀਂ, ਜਿਹੜੇ ਮੰਨਦੇ ਨੇ, ਅਤੇ ਪਾਣੀ ਵੀ ਇੱਕ ਇਹੋ ਜਿਹੀ ਚੀਜ਼ ਹੈ, ਜਿੰਨੇ ਕੋਈ ਉਪਾਅ ਦੱਸਦੇ ਨੇ, ਕੋਈ ਪੰਡਿਤ ਜੀ ਦੱਸਦੇ ਨੇ, ਕੋਈ ਸਿਆਣਾ ਬਾਬਾ ਦੱਸਦਾ ਨੇ, ਕੋਈ ਅਡੇਰੇ ਵਾਲੇ ਦੱਸਦੇ ਨੇ ਉਪਾਅ, ਕੋਈ ਜਿੰਨੇ ਦੱਸਦੇ ਨੇ, ਤਕਰੀਬਨ ਸਾਰੇ ਪਾਣੀ ਨਾਲ ਸੰਬੰਧਿਤ ਹੈਗੇ ਵੀ ਆਹ ਚੀਜ਼ ਪਾਣੀ 'ਚ ਸਿੱਟ ਦਿਓ, ਆਹ ਚੀਜ਼ ਪਾਣੀ ਸਿੱਟ ਦਿਓ। ਕੋਈ ਦੇਖ ਲਓ ਚੱਲਦਾ ਪਾਣੀ, ਉੱਥੇ ਉਹ ਨਾਰੀਅਲ ਨਾਲ ਪਾ ਕੇ ਆਪਣੀ ਦਾਲਾਂ ਦੂਲਾਂ ਦਾ ਬੁਰਾ ਹਾਲ ਕੀਤਾ ਪਿਆ ਹੁੰਦਾ ਪਾਣੀ ਦਾ। ਇਸ ਪਾਣੀ ਦੀ ਅਗਰ ਆਪਾਂ ਗੱਲ ਕਰੀਏ, ਕੋਈ ਪੁਲਿਸ ਵਾਲੇ ਨੇ ਕੋਈ ਮੁੰਡਾ ਫੜਿਆ, ਕੁੱਟੀ ਜਾਂਦੇ ਉਹਨੂੰ, 2 ਮਾਰੇ ਪੱਟੇ, ਕਹਿੰਦਾ ਪਾਣੀ, ਫਿਰ 2 ਪੱਟੇ ਮਾਰੇ, ਕਹਿੰਦਾ ਪਾਣੀ, ਫਿਰ ਪੱਟੇ ਮਾਰੇ, ਕਹਿੰਦਾ ਪਾਣੀ, ਅਤੇ ਉਹ ਪੁਲਿਸ ਵਾਲਾ ਕਹਿੰਦਾ ਗੁੱਸੇ ਦੇ ਵਿੱਚ ਵੀ ਅੰਦਰ ਝੋਨਾ ਲਾਇਆ ਜਿਹੜਾ ਪਾਣੀ ਮੰਗੀ ਜਾਂਦਾ ਵਾਰ ਵਾਰ। ਅੱਜ ਆਪਾਂ ਇਸ ਪਾਣੀ ਦੀ ਗੱਲ ਕਰਨੀ ਹੈ, ਅੱਜ ਦਾ ਵਿਸ਼ਾ ਪਾਣੀ। ਇੱਧਰਲੇ ਮੁਲਕਾਂ ਦੇ ਵਿੱਚ ਵੀ ਆਪਾਂ ਦੇਖਿਆ ਕਿ ਪਾਣੀ ਦਾ ਸਾਨੂੰ ਲੱਗਦਾ ਨਹੀਂ ਕੋਈ ਦਿੱਕਤ ਹੋਊਗੀ ਕਦੇ, ਪੰਜਾਬ ਦੇ ਵਿੱਚ ਵੀ ਜਾਂਦੇ ਹਾਂ ਕਿ ਲੱਗਦਾ ਵੀ ਪਾਣੀ ਦੀ ਦਿੱਕਤ ਹੋਊਗੀ ਕਦੇ, ਕਦੇ ਨਹੀਂ ਲੱਗਦਾ ਵੀ ਇਹ ਹੋਊਗੀ ਦਿੱਕਤ, ਜਾਂ ਇਹ ਦਿੱਕਤ ਹੈਗੀ ਆ, ਇਹ ਦਿੱਕਤ ਆਈ ਆ ਅਤੇ ਕਿਉਂ ਆਈ ਆ, ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰ ਸਕਦੇ। ਗੱਲ ਪੰਜਾਬ ਦੀ ਹੀ ਕਰਨੀ ਹੈ, ਇੱਧਰਲੇ ਮੁਲਕਾਂ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਉਹ ਨੌਬਤ ਨਹੀਂ ਆਉਣੀ। ਇਹ ਪੰਜਾਬ ਦੀ ਖਬਰ ਜਿਹੜੀ ਹੈ ਤੁਹਾਡੇ ਨਾਲ ਸਾਂਝੀ ਮੈਂ ਕੀਤੀ ਹੈ ਵੀ ਪਾਣੀ ਜਿਹੜਾ ਉਹ ਤਕਰੀਬਨ ਖਤਮ ਹੋਣ ਦੇ ਕਿਨਾਰੇ ਆ। ਅਤੇ ਵੈਸੇ ਕਿਸੇ ਨੇ ਪੁੱਛਿਆ ਝੰਡੇ ਅਮਲੀ ਨੂੰ ਵੀ ਪਾਣੀ ਇੰਨਾ ਨੀਵਾਂ ਕਿਉਂ ਚਲੇ ਗਿਆ, ਉਹ ਕਹਿੰਦੇ ਪਾਣੀ ਉੱਪਰ ਆਇਆ ਸੀ, ਉਹ ਸ਼ਰਮ ਨਾਲ ਹੀ ਨੀਵਾਂ ਹੋ ਗਿਆ ਬਹੁਤ ਜ਼ਿਆਦਾ, ਵੀ ਮੈਂ ਤਾਂ ਥੱਲੇ ਹੀ ਠੀਕ ਹਾਂ, ਜੇ ਤੁਹਾਡਾ ਇਹ ਹਾਲ ਆ ਪੰਜਾਬ ਦੇ ਵਿੱਚ ਚਾਰ ਚੁਫੇਰੇ, ਮੈਂ ਤਾਂ ਥੱਲੇ ਹੀ ਠੀਕ ਹਾਂ। ਇਸ ਪਾਣੀ ਨੂੰ ਪਹਿਲਾਂ ਮੇਰੇ ਖਿਆਲ, ਜੇ ਤੁਸੀਂ ਜਿਹੜੇ ਸਾਡੇ ਦਰਸ਼ਕ ਨੇ ਪੰਜਾਬ ਦੇ ਵਿੱਚ, ਦੇਖਿਆ ਹੋਊਗਾ ਵੀ ਅੱਜ ਕੱਲ੍ਹ ਪਾਣੀ ਕਿੰਨੇ ਫੁੱਟ 'ਤੇ ਹੈਗਾ, ਅਤੇ ਪਹਿਲਾਂ ਪਾਣੀ ਕਿੰਨੇ ਕੁ ਫੁੱਟ 'ਤੇ ਹੁੰਦਾ ਸੀ। ਮੈਨੂੰ ਇਹ ਲੱਗਦਾ ਵੀ ਪਹਿਲਾਂ ਜੋ ਨਲਕਾ ਨੁਲਕਾ ਲਾਉਂਦੇ ਸੀਗੇ ਤਾਂ ਉਹ ਪਾਣੀ ਛੇਤੀ ਆ ਜਾਂਦਾ ਸੀ, ਉੱਪਰ ਉੱਪਰ ਹੀ ਹੁੰਦਾ ਸੀ ਤਕਰੀਬਨ, ਅਤੇ ਫਿਰ ਕਹਿੰਦੇ ਵੀ ਧਰਤੀ ਡੂੰਘੀ ਪੱਟੋ ਤੋਂ ਪਾਣੀ ਥੱਲਿਓ ਜਦੋਂ ਆਉਂਦਾ। ਹੁਣ ਅਸੀਂ ਇੱਥੇ ਮੋਹਾਲੀ ਦੇ ਵਿੱਚ ਜਦੋਂ ਅਸੀਂ ਹੁਣ ਬਣਾਈ ਆ, ਉੱਥੇ ਮਕਾਨ ਬਣਾਇਆ, ਅਤੇ ਉੱਥੇ ਅਸੀਂ ਕੋਸ਼ਿਸ਼ ਕੀਤੀ ਵੀ ਸਬਮਰਸੀਬਲ ਲਾ ਲਈਏ ਨਾਲ, ਵੀ ਚਲੋ ਸੌਖਾ ਰਹਿੰਦਾ, ਪਾਣੀ ਪੂਣੀ ਆਉਂਦਾ ਨਹੀਂ ਹੈਗਾ, ਤਾਂ ਸੂਤ ਹੀ ਨਹੀਂ ਆਇਆ। 2 ਜਗ੍ਹਾ 'ਤੇ ਉਹਨੇ ਪੱਟਿਆ ਭਾਈ ਨੇ, 2 ਜਗ੍ਹਾ 'ਤੇ ਕਰਕੇ ਕਹਿੰਦੇ ਜੀ ਨਹੀਂ ਮੁਸ਼ ਹੈ ਨਹੀਂ ਪਾਣੀ ਪੂਣੀ ਇੱਥੇ ਤਾਂ ਥੱਲੇ ਕਿਤੇ ਵੀ। ਸੋ ਇਸ ਪਾਣੀ ਬਾਰੇ ਤੁਹਾਡੇ ਕੀ ਵਿਚਾਰ ਨੇ, ਕਿੰਨੇ ਕੁ ਫੁੱਟ ਦੇ ਉੱਪਰ ਤੁਸੀਂ ਜਿਹੜਾ ਪਾਣੀ ਉਹ ਦੇਖਿਆ ਪੰਜਾਬ ਦੇ ਵਿੱਚ, ਕੀ ਪੰਜਾਬ ਦੀ ਹਾਲਤ ਹੈ,
ਔਰ ਇੱਕ ਜਿਹੜੇ ਹੋਰ ਅੰਕੜੇ ਮੈਂ ਇੱਕ ਵਾਰ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ, ਅਗਰ ਪਾਣੀ ਦੀ ਵੇਸਟੇਜ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਪਾਣੀ ਭਾਰਤ ਦੀਆਂ ਸਾਰੀਆਂ ਸਟੇਟਸ ਦੇ ਵਿੱਚੋਂ ਪੰਜਾਬ ਦੇ ਵਿੱਚ ਵੇਸਟ ਹੁੰਦਾ ਹੈ। ਪੰਜਾਬ ਦੇ ਵਿੱਚ 70% ਪਾਣੀ ਵੇਸਟ ਹੁੰਦਾ, ਸਭ ਤੋਂ ਘੱਟ ਕੇਰਲਾ ਦੇ ਵਿੱਚ ਪਾਣੀ ਜਿਹੜਾ ਉਹ ਵੇਸਟ ਕਰਦੇ ਨੇ ਲੋਕ। ਹੁਣ ਇੱਥੇ ਕੈਲੀਫੋਰਨੀਆ ਦੀ ਗੱਲ ਕਰੀਏ ਤਾਂ ਕੈਲੀਫੋਰਨੀਆ ਜਿੰਨੇ ਲੋਕ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕੈਲੀਫੋਰਨੀਆ 'ਚ ਵੀ ਪਾਣੀ ਦੀ ਘਾਟ ਹੈ, ਕੈਲੀਫੋਰਨੀਆ 'ਚ ਵੀ ਬਾਰਿਸ਼ ਵਾਸਤੇ ਲੋਕ ਰੱਬ ਦੀਆਂ ਮਿੰਨਤਾਂ ਕਰਦੇ ਵੀ ਮੀਂਹ ਪੈ ਜਾਵੇ, ਜਦੋਂ ਮੀਂਹ ਪੈ ਜਾਂਦਾ ਚੰਗਾ ਤਾਂ ਸਾਰੇ ਬੜੇ ਖੁਸ਼ ਹੁੰਦੇ ਉਦੋਂ ਫਿਰ। ਅਤੇ ਕੈਲੀਫੋਰਨੀਆ ਦੇ ਵਿੱਚ ਫਿਰ ਇਹ ਇੱਥੋਂ ਦਾ ਕਾਨੂੰਨ ਹੈਗਾ, ਹੁਣ ਇੰਡੀਆ ਦੇ ਵਿੱਚ ਤਾਂ ਕੋਈ ਉਹਨੂੰ ਫੋਲੋ ਕਰਦਾ ਹੀ ਨਹੀਂ, ਚੰਡੀਗੜ੍ਹ ਦੇ ਵਿੱਚ ਵੀ ਹੈਗਾ ਸੀ ਇਹ, ਚੰਡੀਗੜ੍ਹ ਦੇ ਵਿੱਚ ਅਸੀਂ ਰਹੇ ਹਾਂ ਤਾਂ ਚੰਡੀਗੜ੍ਹ ਦੇ ਵਿੱਚ ਵੀ ਇਹ ਸੀਗੇ, ਤੁਸੀਂ 9 ਵਜੇ ਤੋਂ ਲੈ ਕੇ 9 ਵਜੇ ਤੱਕ ਘਰ ਨਹੀਂ ਧੋ ਸਕਦੇ, ਬਾਹਰ ਬੂਟਿਆਂ ਨੂੰ ਪਾਣੀ ਨਹੀਂ ਲਾ ਸਕਦੇ। ਔਰ ਕੈਲੀਫੋਰਨੀਆ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਤੁਸੀਂ 9 ਤੋਂ 9 ਜਿਹੜਾ ਨਾ 9 ਤੋਂ 9 ਇਸ ਦਿਨ, ਹਫ਼ਤੇ ਦੇ 2 ਦਿਨ ਦਿੱਤੇ ਹੋਏ ਨੇ ਵੀ 2 ਦਿਨ ਤੁਸੀਂ ਪਾਣੀ ਜਿਹੜਾ ਉਹ ਲਾ ਸਕਦੇ ਆ, 2 ਦਿਨ ਆਪਣੇ ਜਿਹੜੇ ਬਾਹਰ ਘਰ ਨੂੰ ਪਾਣੀ ਲਾਉਣਾ 9 ਤੋਂ 9। ਪਰ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਕਾਨੂੰਨ ਹੈਗਾ ਔਰ ਜੁਰਮਾਨਾ ਵੀ ਹੁੰਦਾ। ਗੱਲ ਆਪਾਂ ਕਰਦੇ ਹਾਂ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਐਸਾ ਕਿਉਂ ਨਹੀਂ ਹੈਗਾ, ਕਿਉਂ ਨਹੀਂ ਹੈ, ਕਿਉਂ ਲੋਕ ਵੇਸਟ ਕਰਦੇ ਪਾਣੀ ਇੰਨਾ, ਕਿ 2025 ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ 2025 ਜਾਂ 2030 ਦੇ ਵਿੱਚ ਕੀ ਪਾਣੀ ਦੀ ਸਮੱਸਿਆ ਇਹ ਜ਼ਿਆਦਾ ਵੱਡੀ ਹੋ ਸਕਦੀ ਆ, ਜਾਂ ਫਿਰ ਆਪਾਂ ਨੂੰ ਊਂ ਹੀ ਲੱਗਦਾ? ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ, ਉਹ ਜਦੋਂ ਵੱਧ ਜਾਂਦੀਆਂ ਨੇ ਕੋਈ ਉਦੋਂ ਵੀ ਚੇਤਾ ਆਉਂਦਾ। ਹੁਣ ਪੰਜਾਬ ਦੇ ਲੀਡਰਾਂ ਨੂੰ ਕੋਈ ਪਾਣੀ ਦੀ ਗੱਲ ਨਹੀਂ ਕਰਦਾ, ਉਹ ਇੱਕ ਦੂਜੇ ਨੂੰ ਗਾਲਾਂ ਕੱਢਣ ਦੇ ਲੱਗੇ ਨੇ, ਕੋਈ ਇਹ ਨਹੀਂ ਸੋਚਦਾ ਕਿ ਇਹਦਾ ਹੱਲ ਕੀ ਹੈ, ਕੀ ਹੋਣਾ ਚਾਹੀਦਾ ਤਾਂ ਕਿ ਇਹ ਪਾਣੀ ਜਿਹੜਾ ਮੁੱਕੇ ਨਾ ਪੰਜਾਬ ਦੇ ਵਿੱਚੋਂ, ਪੰਜਾਬ ਦੀ ਧਰਤੀ ਦੇ ਵਿੱਚੋਂ ਜਿਹੜਾ ਪਾਣੀ ਮੁੱਕ ਰਿਹਾ, ਅਤੇ ਕੀ ਹੱਲ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ, ਇਹ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ। ਕਾਲਾਂ ਸਿਲਸਿਲੇ ਸ਼ੁਰੂ ਕਰ ਲੈਂਦੇ ਹਾਂ, ਬਾਕੀ ਕਾਲਾਂ ਫਿਰ ਬ੍ਰੇਕ ਤੋਂ ਬਾਅਦ ਲਵਾਂਗੇ। ਹੈਲੋ ਹੈਲੋ, ਉਹਦੇ ਨਾਲ ਸਾਹ ਨੂੰ ਲੋਕਾਂ ਨੂੰ ਹੁੰਦਾ ਕੁਛ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੱਗੀ, ਅਸੀਂ ਇੱਥੇ ਫਿਰ ਅੱਜ ਆਪਦੇ ਭਰਾ ਦੇ ਘਰ ਡਾਕਟਰ ਸਾਹਿਬ ਦੇ ਬੱਚੀਆਂ ਤੇਰੇ ਸ਼ੋ ਦੇਖਦੀ ਆ। ਡਾਕਟਰ ਸਾਹਿਬ ਆ ਗਏ ਇੰਡੀਆ ਤੋਂ? ਹਾਂ ਆ ਗਏ ਇੰਡੀਆ ਤੋਂ, ਮੜਾ ਨਹੀਂ ਅਜੇ ਨਹੀਂ ਆਏ ਇੰਡੀਆ, ਉਹ ਤੇ ਇੰਡੀਆ ਲੋਕਾਂ ਦੀ ਹੈਲਪ ਕਰਨ ਗਏ ਗਰੀਬਾਂ ਦੀ। ਮੜਾ ਜਿਹਾ ਹੋਲਡ ਰੱਖਿਓ, ਮੈਂ ਕਿਹਾ ਵਧਾਈਆਂ। ਮੜਾ ਜਿਹਾ ਹੋਲਡ ਰੱਖਿਓ, ਮੜਾ ਜਿਹਾ। ਹਾਂਜੀ ਹੁਣ ਦੱਸੋ, ਡਾਕਟਰ ਪਿਆਰਾ ਸਿੰਘ ਕੋਲੇ ਬੈਠੇ ਹੋ? ਨਹੀਂ, ਕਮਲ ਨਾ ਕਰ ਲਗਾ। ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ। ਓਕੇ ਜੀ, ਮਾੜਾ ਜੀ ਰੱਖਾਂਗੇ ਫਿਰ। ਸਤਿ ਸ਼੍ਰੀ ਅਕਾਲ ਜੀ। ਨਹੀਂ ਨਹੀਂ ਉਹ ਕਹਿੰਦੇ ਹੋਲਡ ਕਰੋ। ਨਹੀਂ 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 ਹੋਲਡ ਨਾ ਕਰੋ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਡਾਕਟਰ ਸਾਹਿਬ ਤਾਂ ਇੰਡੀਆ ਗਏ ਹੋਏ ਨੇ। ਸਤਿ ਸ਼੍ਰੀ ਅਕਾਲ ਜੱਗੀ ਵੀਰੇ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਵਧਾਈਆਂ ਤੁਹਾਨੂੰ ਦਿੱਲੀ ਦੀਆਂ। ਹੈ ਜੀ, ਦਿੱਲੀ ਆਮ ਆਦਮੀ ਪਾਰਟੀ ਆ ਗਈ ਤੁਹਾਡੀ? ਹਾਂਜੀ ਹਾਂਜੀ, ਸਾਡੀ ਆਮ ਆਦਮੀ ਪਾਰਟੀ ਜਿੱਤ ਗਈ। ਠੀਕ ਹੈ ਜੀ, ਠੀਕ ਹੈ। ਚਲੋ ਮੈਨੂੰ 1 ਮਿੰਟ ਹੋਲਡ ਕਰਨਾ ਪੈਣਾ, ਫੋਨ ਕਾਲਾਂ ਤੜਾ ਤੜਾ ਹੋ ਗਿਆ ਸ਼ੁਰੂ, ਤੇ ਮੈਂ ਫਿਰ ਇਹਨੂੰ। ਹਾਂਜੀ ਹੁਣ ਦੱਸੋ ਜੀ, ਕਮਲ ਜੀ ਠੀਕ ਠਾਕ ਹੋ? ਹਾਂਜੀ, ਕੀ ਕਹਿਣਾ ਚਾਹੁੰਦੇ ਪਾਣੀ ਬਾਰੇ, ਕੀ ਵਿਚਾਰ ਨੇ ਤੁਹਾਡੇ? ਪਾਣੀ ਦੀ ਗੱਲ ਅਕਸਰ ਆਪਾਂ ਅੱਜ ਕਰ ਰਹੇ ਹਾਂ। ਪਾਣੀ ਬਾਰੇ ਇਹ ਹੈਗਾ ਜੀ, ਸਾਨੂੰ ਐਜੂਕੇਟ ਕਰਨਾ ਚਾਹੀਦਾ ਕਿਸਾਨਾਂ ਨੂੰ। ਜੀ ਹਾਂਜੀ, ਸਾਨੂੰ ਇਹਨਾਂ ਨੂੰ ਕਿਸਾਨਾਂ ਨੂੰ ਐਜੂਕੇਟ ਕਰਨਾ ਚਾਹੀਦਾ ਵੀ ਝੋਨਾ ਆਹ ਜਿਹੜੇ ਰਾਈਸ ਨੇ ਉਹ ਬੰਦ ਕਰ ਦਈਏ। ਅੱਛਾ, ਨਹੀਂ ਐਜੂਕੇਟ ਕਰੂ ਕੌਣ, ਸਰਕਾਰਾਂ ਕਰਨਗੀਆਂ ਹੁਣ ਕਿੱਦਾਂ, ਕੌਣ ਕਰੂਗਾ ਮਤਲਬ? ਨਹੀਂ ਜੀ, ਸਰਕਾਰ ਨੂੰ ਕੋਈ ਪਲਾਨ ਕਰਨੀ ਚਾਹੀਦੀ ਹੈ, ਐਗਰੀਕਲਚਰ ਦੇ ਬੰਦੇ ਲਾਉਣੇ ਚਾਹੀਦੇ ਨੇ ਕਿ ਜਿਹੜਾ ਅਸੀਂ ਆਪਾਂ ਰਾਈਸ ਬੰਦ ਕਰ ਦਈਏ ਤੇ ਆਪਾਂ ਇਹਦੇ ਵਿੱਚ ਕੇਸਰ ਕਰੀਏ, ਸਨਫਲਾਵਰ ਕਰੀਏ, ਹੋਰ ਸਬਜ਼ੀਆਂ ਬੀਜੀਏ, ਦਾਲਾਂ ਬੀਜੀਏ ਜਿਨ੍ਹਾਂ ਦੇ ਵਿੱਚ ਘੱਟ ਪਾਣੀ ਹੋਵੇ। ਇਹ ਜਿਹੜਾ 2025 ਦੀ ਖਬਰ ਆਈ ਹੈ ਇਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ, 2025 ਚ ਕਿਤੇ ਪਾਣੀ ਵਗੈਰਾ? ਨਹੀਂ, ਸਾਨੂੰ ਜੀ ਅਲਰਟ ਹੋਣਾ ਚਾਹੀਦਾ, ਸਾਨੂੰ ਸਾਡੀ ਵੀ ਜ਼ਮੀਨ ਹੈਗੀ ਆ, ਅਸੀਂ ਵੀ ਉਹਦੇ ਬਾਰੇ ਚਿੰਤਤ ਹੈਗੇ ਆ। ਸੋ ਇਹ ਸਾਨੂੰ ਆਪਾਂ ਨੂੰ ਇਹਨਾਂ ਦਾ ਜਿਹੜਾ ਰਾਈਸ ਵਾਲਾ ਨਾ ਉਹ ਬਿਲਕੁਲ ਪੰਜਾਬ ਚ ਬੰਦ ਕਰ ਦੇਣਾ ਚਾਹੀਦਾ। ਵਾਹ ਜੀ ਵਾਹ, ਚਲੋ ਬੜੀ ਮਿਹਰਬਾਨੀ ਜੀ, ਜੇ ਤੁਹਾਡੀ ਪਾਰਟੀ ਦੀ ਸਰਕਾਰ ਆ ਗਈ ਤਾਂ ਜ਼ਰੂਰ ਕਰਿਓ। ਹਾਂਜੀ ਜ਼ਰੂਰ ਕਰਾਂਗੇ, ਮੇਰੀ ਪਾਰਟੀ ਨੂੰ ਬਹੁਤ ਬਹੁਤ ਵਧਾਈਆਂ ਜੀ, ਅਸੀਂ ਬਹੁਤ ਖੁਸ਼ ਹਾਂ। ਥੈਂਕ ਯੂ ਜੀ, ਥੈਂਕ ਯੂ, ਬਹੁਤ ਮਿਹਰਬਾਨੀ ਜੀ। ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਸਾਹਿਬ ਗਿਆਨ ਸਿੰਘ ਜੀ, ਮੇਰੇ ਖਿਆਲ ਕਾਫੀ ਦਿਨਾਂ ਬਾਅਦ ਗੱਲਬਾਤ ਹੋ ਰਹੀ ਹੈ ਆਪਣੀ। ਬਸ ਨਹੀਂ, ਜਦੋਂ ਕੋਈ ਮਤਲਬ ਦੀ ਗੱਲ ਹੁੰਦੀ ਕਰ ਲਈ ਰਹੀ ਆ। ਅੱਛਾ, ਮਤਲਬ ਜਦੋਂ ਗਾਉਣ ਵਜਾਉਣ ਦੀ ਉਹ ਆਪਾਂ ਨੂੰ ਘੱਟ ਆਉਂਦਾ। ਅੱਛਾ, ਤੇ ਮੈਂ ਸਗੋਂ ਤੁਹਾਨੂੰ ਸਲਾਹ ਦੇਣੀ ਸੀ ਇੱਕ। ਕਈ ਦਿਨ ਸੋਚਦਾ ਸੀਗਾ ਵੀ ਤੁਸੀਂ ਭਗਵੰਤ ਮਾਨ ਦਾ ਸਾਥ ਛੱਡ ਕੇ ਨੁਕਸਾਨ ਤੇ ਨਹੀਂ ਕੀਤਾ ਆਪਣਾ?
छोटे मिनिस्टर मौजा मौजा नहीं सी आपां इत्थे प्रधानमंत्री आ जी ते उत्थे चीफ मिनिस्टर बनना सारे दा प्यार इन्ना ट्यूबवैल नहीं सी हुंदे ठीक नहीं ते उदों तां जिहड़ी अपनी जमीन आ चौथा हिस्सा भी नहीं वगदी सी थोड़ी वगदी सी हां जी बाकी बंजर ते धोड़े दाड़े बहुत हुंदे सीगे जो असीं देखिया ठीक नहीं जदों उदों जदों मुरब्बेबंदी हुई है सन 55-56 च जमीना दे उदों जिहड़े मतलब इकट्ठी कीती इक जगह गवर्नमेंट ने ते इक जिहड़ी जिथे पानी जिहड़ी चाही जमीन खूह दे पिंड दे मुढ हुंदी सी ना उहनूं चाही बोलदे सी ਉੱਥੇ ਖੂਹ ਲੱਗੇ ਹੁੰਦੇ ਸੀ ਉਹਦਾ ਰੁਪਈਆ ਮੁੱਲ ਪਿਆ ਜਿਹੜੀ ਉਸ ਤੋਂ ਅੱਗੇ ਥੋੜੀ ਬਾਹਰ ਹੁੰਦੀ ਸੀ 8 ਆਨੇ ਪਿਆ ਜਿਹੜੇ ਬਾਹਰ ਟਿੱਬੇ ਟੁੱਬੇ ਸੀ 4 ਆਨੇ ਪਿਆ ਉਹ ਫਿਰ ਉਹਦੇ ਹਿਸਾਬ ਨਾਲ ਫਿਰ ਕੈਲਕੂਲੇਸ਼ਨ ਕਰਕੇ ਫਿਰ ਜ਼ਮੀਨਾਂ ਇਕੱਠੀਆਂ ਕੀਤੀਆਂ ਲੋਕਾਂ ਦੀਆਂ ਕਿਸੇ ਕੋਲ ਰੁਪਈਏ ਵਾਲੀ ਸੀ ਉਹਨੂੰ 4 ਕਿੱਲੇ ਮਿਲ ਗਏ ਕਿਸੇ ਕੋਲ 8 ਆਨਿਆਂ ਦੀ ਸੀ ਉਹਨੂੰ ਏਦਾਂ ਏਦਾਂ ਮਤਲਬ ਚਲੋ ਵੰਡ ਹੋ ਗਈ ਸੀਗੀ ਅੱਛਾ ਉਦੋਂ ਪਾਣੀ ਦੀ ਵਰਤੋਂ ਬੜੀ ਘੱਟ ਹੁੰਦੀ ਸੀਗੀ ਠੀਕ ਨਹੀਂ ਤੇ ਪਾਣੀ ਉੱਪਰਲਾ ਪੱਤਣ ਹੁੰਦੇ ਆ ਪਾਣੀ ਦੇ ਸਭ ਤੋਂ ਉੱਪਰ ਲਾਲ ਮਿੱਟੀ ਆਉਂਦੀ ਆ ਉਹਦੇ ਥੱਲੇ ਫਿਰ ਰੇਤਾ ਆਉਂਦੀ ਆ ਚਿੱਟੀ ਜਿਹੜੀ ਜਿਹੜੀ ਆਪਣੇ ਚਿੱਟੀ ਰੇਤਾ ਨਾ ਉਹ ਚ ਪਾਣੀ ਹੁੰਦਾ ਤੇ ਉਹ ਜਿਹੜੇ ਲਾਲ ਮਿੱਟੀ ਤੋਂ ਗਾਹ ਪਿਛਲੇ ਉਹ ਸ਼ੁਰੂ ਹੋ ਜਾਂਦੀ ਨਾ ਉਹ ਚ ਉਹ ਚ ਸਿਮ ਆਉਣ ਲੱਗ ਪੈਂਦੀ ਫਿਰ ਪਾਣੀ ਦੀ ਸ਼ਕਲ ਆਉਣ ਲੱਗ ਪੈਂਦੀ 15-20 ਫੁੱਟ ਤੱਕ ਨਾ ਉਹ ਰੇਤਾ ਹੀ ਜਾਂਦੀ ਸੀ ਉਹਦੇ ਅੱਗੇ ਆਉਂਦਾ ਸੀ ਪਾਂਡੂ ਅੱਛਾ ਜੀ ਜਿਹਨੂੰ ਪਾਂਡੂ ਕਹਿੰਦੇ ਸਖਤ ਮਿੱਟੀ ਫਿਰ ਜੇਕਰ ਪਾਣੀ ਕਿਸੇ ਨੇ ਵੱਧ ਲੈਣਾ ਤੇ ਪਾਂਡੂ ਨੂੰ ਪਾੜਨਾ ਪੈਂਦਾ ਸੀਗਾ ਅੱਛਾ ਪਾਂਡੂ ਦੇ ਪਾਂਡੂ ਨੂੰ ਬੋਕੀਆਂ ਨਾਲ ਪਾੜ ਕੇ ਵਿੱਚ ਉਹਦੇ ਨਾਲ ਪਾ ਕੇ ਥੱਲੇ ਫਿਰ ਰੇਤਾ ਦਾ ਪੱਤਣ ਆ ਜਾਂਦਾ ਸੀਗਾ ਅੱਛਾ ਜੀ ਥੱਲੇ ਫਿਰ ਰੇਤਾ ਪੱਤਣ ਆ ਗਿਆ 8-10 ਫੁੱਟ ਰੇਤਾ ਫੇਰ ਮਿਲ ਗਈ ਫੇਰ ਪਾਣੀ ਆ ਗਿਆ ਪਾਣੀ ਵੱਧ ਗਿਆ ਉੱਪਰ ਇਹਦਾ ਗਾਂਹ ਤੋਂ ਗਾਂਹ ਪੱਤਣ ਆਉਂਦੇ ਵਿੱਚ ਉਹ ਪਾਂਡੂ ਦਾ ਪੱਤਣ ਵਿੱਚ ਤਹਿ ਆਉਂਦੀ ਆ ਵਿੱਚ ਠੀਕ ਨਹੀਂ ਹੁਣ ਜਿਹੜੇ ਆਪਣੇ ਵਾਟਰ ਸਪਲਾਈ ਦੇ ਟਿਊਬਵੈਲ ਲੱਗਦੇ ਆ ਇਹ ਜਿਹੜੇ ਬੋਰ ਕਰਦੇ 200-300 ਫੁੱਟ ਡੂੰਘਾ ਉਹ ਫਿਰ ਹਰ ਹਰ ਪੱਤਣ ਦਾ ਮੈਂ ਰੇਤਾ ਲੈ ਕੇ ਉਹਦਾ ਸੈਂਪਲ ਲੈਬਾਰਟਰੀ ਚੈੱਕ ਕਰਦੇ ਰਹਿੰਦੇ ਆ ਵੀ ਇਹਦਾ ਪਾਣੀ ਪੀਣ ਯੋਗ ਆ ਕਿ ਨਹੀਂ ਹੈਗਾ ਠੀਕ ਨਹੀਂ ਜਿੰਨੇ ਆਪਣੇ ਪੀਣ ਵਾਲੇ ਲੱਗੇ ਟਿਊਬਵੈਲ ਨਾ ਸਰਕਾਰੀ ਉਹ ਬਕਾਇਦਾ ਰੇਤਾ ਦੇ ਸੈਂਪਲ ਰੱਖਦੇ ਬਾਅਦ ਜਿਹੜੇ ਬੋਰ ਕਰਦੇ ਆ ਸਾਡੀ ਤੇ ਲਾਈਨ ਸੀ ਰਹੀ ਲਾਈਨ ਰਹੀ ਇਹ ਅੱਛਾ ਹੌਲੀ 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 ਜੀ ਹਾਂਜੀ ਕੰਪਲੀਟ ਕਰੋ ਪਹਿਲਾਂ ਹਾਂਜੀ ਹਾਂ ਉਹ ਏਦਾਂ ਸੀ ਪਿੰਡਾਂ ਚ ਨਾ ਤੇ ਉਦੋਂ ਸਾਡੇ ਤਾਂ ਆਪਣੇ ਦੂਸਰਾ ਆਪਾਂ ਦੁਆਬੇ ਚ ਰਹਿੰਦੇ ਆਪਣੇ ਝੋਨਾ ਕਿੱਥੇ ਲੱਗਦਾ ਸੀਗਾ ਮੂੰਗਫਲੀ ਲੱਗਦੀ ਸੀਗੀ ਉੱਪਰ ਕਿੱਤਿਆਂ ਚ ਨਾ ਜਾਂ ਦਾਲਾਂ ਲੱਗਦੀਆਂ ਸੀਗੀਆਂ ਤੇ ਹਾਂਜੀ ਤੇ ਹਾਂ ਉਹ ਮਤਲਬ ਚਲੋ ਉਹ ਸਬਜ਼ੀਆਂ ਵਗੈਰਾ ਹੋ ਗਈਆਂ ਮੇਨ ਤਾਂ ਆਪਣੇ ਕਣਕ ਤੇ ਮੱਕੀ ਦੋ ਹੀ ਆਪਣੀਆਂ ਫਸਲਾਂ ਸੀਗੀਆਂ ਜੋ ਆਪਣੇ ਦੁਆਬੇ ਸੀਗਾ ਠੀਕ ਨੀ ਬਾਕੀ ਦਾਲਾਂ ਦੂਲਾਂ ਦਾ ਬੀਜ ਸੀਗੀਆਂ ਬਰਾਬਰ ਚੱਲਦੀਆਂ ਨਾ ਜੀ ਸਾਡੇ ਦਾਲ ਮੂੰਗੀ ਦੇ ਬੜੇ ਖੇਤ ਹੁੰਦੇ ਸੀ ਖੇਤਾਂ ਦੇ ਖੇਤ ਹੁੰਦੇ ਸੀ ਮੂੰਗੀ ਦੇ ਉਹੀ ਮੈਂ ਦੱਸਿਆ ਤੁਹਾਨੂੰ ਆਪਣੇ ਆਪਣਾ ਜਿਹੜਾ ਇਲਾਕਾ ਆ ਇਹਨੂੰ ਦੋਨਾ ਕਹਿੰਦੇ ਆਪਾਂ ਦੋਨਾ ਮਤਲਬ ਰੇਤਲੀ ਲਾਲ ਮਿੱਟੀ ਦਾ ਹੁੰਦਾ ਹੈ ਇਹਦੇ ਚ ਅੱਗੇ ਆਪਾਂ ਜਾਈਏ ਫਗਵਾੜੇ ਤੋਂ ਉਹਨੂੰ ਮੰਜਗੀ ਕਹਿੰਦੇ ਆਪਾਂ ਉਹਦੀ ਮਿੱਟੀ ਕਾਲੀ ਆ ਦੱਸਿਆ ਜੀ ਗਿਆਨ ਸਿੰਘ ਜੀ ਪਾਣੀ ਮਤਲਬ ਤਾਹਾਂ ਉੱਚਾ ਪਹਿਲੇ ਸਮਿਆਂ ਚ ਕਿੱਥੇ ਕਿੰਨੇ ਕੁ ਫੁੱਟ ਤੇ ਆ ਜਾਂਦਾ ਸੀ ਪਾਣੀ ਤਾਂ ਅਸੀਂ ਸਨ 1962 ਦੀ ਮੈਂ ਗੱਲ ਕਰਦਾ ਮਨਾਂ ਤੋਂ ਮੌਣ ਤੋਂ ਬਾਹਰ ਆ ਗਿਆ ਸੀ ਕਈਆਂ ਖੂਹਾਂ ਦਾ ਬਹੁਤ ਜ਼ਿਆਦਾ ਬਾਰਿਸ਼ਾਂ ਹੋਈਆਂ ਸਾਡਾ ਕੰਮ ਸੀਗਾ ਮੋਟਰਾਂ ਦਾ ਹੀ ਤੇ ਮੋਟਰਾਂ ਤੇ ਡੁੱਬ ਗਈਆਂ ਰਾਤੋ ਰਾਤ ਹੀ ਪਾਣੀ ਤੇ ਮੌਣ ਤੋਂ ਬਾਹਰ ਵੀ ਆ ਗਿਆ ਸੀਗਾ ਇੰਨੇ ਮੀਂਹ ਪਏ ਸੀ ਉਦੋਂ ਸਨ ਕਾਰਬਾਰ ਦੀ ਗੱਲ ਹੈ ਤੇ ਮੋਟਰਾਂ ਹੀ ਡੁੱਬ ਗਈਆਂ ਸੀਗੀਆਂ ਸਾਰੀਆਂ ਪਾਣੀ ਬਾਹਰ ਆ ਗਿਆ ਉਦੋਂ ਪਤਾ ਖੂਹ ਜੇ ਅਸੀਂ ਹਾਂਜੀ ਮਿਹਰਬਾਨੀ ਬਹੁਤ ਤੇ ਸੋ ਹਾਂਜੀ ਹਾਂਜੀ ਸੋ ਇਹ ਦੱਸਣ ਲੱਗਾ ਮੈਂ ਤੁਹਾਨੂੰ ਪਾਣੀ ਮੁੱਕਣਾ ਤਾਂ ਹੈ ਨੀ ਗਾ ਇਹ ਗਾਂ ਤੋਂ ਗਾਂ ਪੱਤਣ ਬਥੇਰੇ ਹੈਗੇ ਆ ਡੂੰਘੇ ਹੋਈ ਜਾਣਗੇ ਐ ਮੁੱਕਣਾ ਤਾਂ ਹੈ ਨੀ ਗਾ ਪਾਣੀ ਐਵੇਂ ਵਹਿਮ ਹੈ ਪੱਤਣ ਡੂੰਘੇ ਗਾਂ ਤੋਂ ਗਾਂ ਗਾਂ ਬੋਰ ਤਾਂ ਤਿੰਨ ਹਿੱਸੇ ਦਾ ਪਾਣੀ ਆਪਣੀ ਧਰਤੀ ਉੱਤੇ ਸਾਰੀ ਧਰਤੀ ਚ ਮੁੱਕਣ ਥੋੜੋ ਲੱਗਾ ਕਹਿਣ ਦੀ ਗੱਲ ਹੀ ਆ ਮਿਹਰਬਾਨੀ ਡੂੰਘੇ ਹੋ ਜਾਣੇ ਬੋਰ ਮਿਹਰਬਾਨੀ ਬਹੁਤ ਤੁਹਾਡੀ ਮਿਹਰਬਾਨੀ ਔਰ ਵੈਸੇ ਵੀ ਇਹ ਪਾਣੀ ਜਿਹੜੇ ਹੈਗੇ ਨੇ ਫਿਰ ਉਹ ਕਹਿੰਦੇ ਨਾ ਪੱਤਣਾਂ 'ਤੇ ਰੋਣ ਖੜੀਆਂ ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ ਸੋ ਪੱਤਣ ਤਾਂ ਹੁਣ ਦਿਸਦੇ ਨਹੀਂ ਹੈਗੇ ਪੱਤਣ ਤਾਂ ਅਸੀਂ ਪਾਣੀ ਜ਼ਰੂਰ ਥੱਲੇ ਜਾ ਰਿਹਾ ਇੱਕ ਚਿੰਤਾ ਦਾ ਵਿਸ਼ਾ ਤਾਂ ਹੈਗਾ ਫਿਰ ਵੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਆਪਣੇ ਵਿਚਾਰ ਜਿਹੜੇ ਲੱਖਾਂ ਪੰਜਾਬੀ ਪ੍ਰੋਗਰਾਮ ਦੇਖਦੇ ਨੇ ਉਹਨਾਂ ਨਾਲ ਸਾਂਝੇ ਕਰ ਸਕਦੇ ਹੋ ਫਿਲਹਾਲ ਬ੍ਰੇਕ ਲੈਂਦੇ ਹਾਂ ਦੇਖਦੇ ਰਹੋ ਜਸ ਪੰਜਾਬੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ ਕਾਲਾਂ ਤੁਹਾਡੀਆਂ ਧੜਾ ਧੜ ਜਿਹੜੀਆਂ ਆ ਰਹੀਆਂ ਨੇ ਹੈਲੋ ਹੈਲੋ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੀ ਸਾਹਿਬ ਜੀ ਜੀ ਹਾਂਜੀ ਸਾਹਿਬ ਮਨਜੀਤ ਸਿੰਘ ਜੀ ਹਾਂਜੀ ਕੀ ਵਿਚਾਰ ਨੇ ਜੀ
ਯਾਰ ਏਦਾਂ ਆ ਨਾ ਵੀ ਪਹਿਲਾਂ ਸਾਡੇ ਡੈਡੀ ਹੋਣੀ ਜਿਹੜੇ ਕਹਿੰਦੇ ਖੂਬ ਲਾਏ ਸੀਗੇ ਪਹਿਲਾਂ ਫਲੇ ਚੱਲਦੇ ਹੁੰਦੇ, ਫਲੇ ਦਾ ਨਹੀਂ ਅਸੀਂ ਦੇਖੇ। ਅੱਛਾ ਜੀ, ਫਲੇ ਹਾਂਜੀ। ਉਹ ਤੋਂ ਬਾਅਦ ਫਿਰ ਉਹਨੀ ਜਿੱਦਾਂ ਹਲਟ ਲਗਾਏ ਆ, ਉਹ ਤਾਂ ਹੁਣ ਪੰਜਾਬ ਚੋਂ ਖਤਮ ਹੋ ਗਿਆ। ਉਹ ਪਸ਼ੂਆਂ ਦਾ ਜਿੱਦਾਂ ਚੱਲਦਾ ਹੁੰਦੇ 60 ਫੁੱਟ ਤੇ ਉਦੋਂ ਪਾਣੀ ਹੁੰਦਾ ਹੁੰਦਾ ਸੀ ਦੇਖ ਲਓ 60 ਤੇ। ਅੱਛਾ ਹਾਂ, ਤੇ ਜੇ ਜਦੋਂ ਬਰਸਾਤਾਂ ਹੋ ਜਾਣੀਆਂ ਇਹ ਉਦੋਂ 40 ਤੇ ਹੀ ਗਿਆ ਜਾਂਦਾ ਸੀ। ਹੁਣ ਤਾਂ ਹੁਣ ਅੱਜ ਕੱਲ੍ਹ ਮੇਰੇ ਖਿਆਲ ਹੈ ਕੋਈ ਆਈਡੀਆ ਕਿੰਨੇ ਤੇ ਹੋਊ? 300 ਤੋਂ ਉੱਤੇ ਹੋਣਾ ਮੈਨੂੰ ਲੱਗਦਾ। ਉਦੋਂ 300 ਦੇ ਉੱਤੇ ਆ, ਉੱਥੇ ਪਾਣੀ ਪਤਾ ਨੀ ਕਿੱਥੇ ਜਾ ਕੇ ਮਿਲਦਾ ਹੋਊਗਾ, ਕੀ ਚੱਕਰ ਆ। ਸਾਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਸਮਰਸੀਬਲ ਲਾਉਣ ਦੀ ਮੋਹਾਲੀ, ਤੇ ਉਹ 350 ਤੱਕ ਆਏ ਨੀ ਕੁਛ। ਦੂਜੀ ਜਗ੍ਹਾ ਕੀਤਾ ਤਾਂ ਵੀ ਉਹ ਕਹਿੰਦਾ ਵੀ ਨਹੀਂ ਆਇਆ ਹੀ ਨੀ ਪਾਣੀ, ਪਤਾ ਨੀ ਕੀ ਗੱਲ। ਹਾਂਜੀ ਹਾਂਜੀ ਹਾਂਜੀ, ਤੇ ਉਦਾਂ ਸੀਗਾ ਨਾ ਪਹਿਲਾਂ ਪਾਣੀ ਦਾ ਮਿੱਠਾ ਵੀ ਇੱਦਾਂ ਦਾ ਹੁੰਦਾ ਸੀਗਾ, ਸਾਡੇ ਖੂਹ ਹੈ ਸਾਖਰੇ ਲਾਗੇ ਹੁੰਦਾ ਸੀ। ਅੱਛਾ ਜੀ। ਤੇ ਉਦੋਂ ਹੁਣ ਜਿੱਦਾਂ ਇਹ ਵੀ ਹੁੰਦਾ ਸੀਗਾ ਰਾਹੀ ਜਾਂਦੇ ਹੁੰਦੇ ਸੀ ਆਮ ਹਨਾ, ਉਹ ਪਾਲਟੀ ਦੇ ਘੰਟੀ ਜਿਹੀ ਲੱਗੀ ਹੁੰਦੀ ਜਿੱਦਾਂ ਉਹਨਾਂ ਨੇ ਆ ਬਈ ਪਾਣੀ ਕੱਢ ਕੇ ਤੇ ਜਾਂਦੇ ਪੀਣਾ। ਸਾਨੂੰ ਵੀ ਯਾਦ ਆ ਖੂਹ ਦੇ ਉੱਪਰ ਕੜਵੰਜੀ ਕਹਿੰਦੇ, ਕੜਵੰਜੀ ਦੀ ਜਿਹੜੀ ਘੜੇ ਕੜਵੰਜੀ ਉਹ ਕੁਛ ਮੌਣ ਕੀ ਹੁੰਦੀ ਹੈ, ਕੁਛ ਮੌਣ ਹੁੰਦੀ ਸ਼ਾਇਦ। ਹਾਂਜੀ ਮੌਣ ਕੜਵੰਜੀ ਦੇ ਘੜੇ ਥੱਲੇ ਰੱਖੀ ਦੀ ਉਹ ਹੁੰਦੀ ਨਾ। ਹਾਂਜੀ ਉਹ ਹਨਾ ਮੌਣ ਹੁੰਦੀ ਸੀ, ਉਹਦੇ ਉੱਤੇ ਲਾਈ ਹੋਈ ਲੱਕੜੇ ਆਪਣੇ ਵਿੱਚ ਸਰੀਆ ਜਾਂ ਪਾ ਕੇ ਲੱਕੜੀ ਉੱਪਰ, ਤੇ ਉੱਤੋਂ ਆਉਣਾ ਬਾਲਟੀ ਨਾਲ ਪਾਣੀ ਕੱਢਣਾ ਤੇ ਪੀ ਲੈਣਾ। ਅਸੀਂ ਵੀ ਮੇਲਾ ਦੇਖਣ ਚਾਹੀਦਾ ਹੁੰਦਾ ਸੀ, ਰਸਤੇ ਯਾਦ ਆ ਵੀ ਇੱਕ ਤਾਂ ਖੂਹ ਨੁਸਰਿਆ ਚਾਹੀਦਾ ਸੀ ਇੱਧਰੋਂ ਕੋਟਲੀ ਤੋਂ। ਅੱਛਾ ਜੀ। ਤੇ ਉਹ ਨਾ ਰਸਤੇ ਚ ਖੂਹ ਪਾਉਂਦਾ ਸੀ, ਉੱਥੇ ਜਾ ਗਰਮੀਆਂ ਠੰਡੀ ਗਰਮੀਆਂ ਚ ਪਾਣੀ ਪੀਣਾ, ਪਾਣੀ ਇੰਨਾ ਮਿੱਠਾ ਹੁੰਦਾ ਸੀਗਾ। ਤੇ ਅੱਜ ਕੱਲ ਤਾਂ ਪਾਣੀ ਪੰਜਾਬ ਦੇ ਅੰਕੜੇ ਨੇ ਇਹ ਅੰਕੜੇ ਨੇ, ਮਤਲਬ ਬੋਲਦੇ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਧ ਪਾਣੀ ਵੇਸਟ ਹੁੰਦਾ, 30% ਵਰਤਿਆ ਜਾਂਦਾ, 70% ਪਾਣੀ ਵਿਅਰਥ ਜਾਂਦਾ। ਵਿਅਰਥ ਇੱਦਾਂ ਜਾਂਦਾ ਨਾ ਜਦ ਜਾਤੇ ਇੱਕ ਝੋਨੇ ਲੱਗਣ ਲੱਗ ਪਏ, ਉਸ ਤੋਂ ਬਾਅਦ ਬਾਦਲ ਨੇ ਬਿਜਲੀ ਫ੍ਰੀ ਕਰ ਦਿੱਤੀ, ਉਹ ਪਾਣੀ ਹਵਾ ਗਾਉਣ ਜੇ ਨਹੀਂ ਵੀ ਲੋੜ ਆ ਟੂਬਲ ਚੱਲੀ ਜਾਣ ਦਿਓ, ਸਾਰਾ ਕੁਛ ਚੱਲੀ ਜਾਣ ਦਿਓ, ਤੂੰ ਪਾਣੀ ਕੀ ਕਰੇ, ਪਾਣੀ ਉਹ ਜਿੰਨਾ ਥੱਲੇ ਨਿਕਲੀ ਜਾਣਾ ਉਨਾ ਖਤਮ ਹੀ ਹੋਣਾ। ਜੀ ਮਿਹਰਬਾਨੀ, ਬਹੁਤ ਤੁਹਾਡੀ ਬਹੁਤ ਮਿਹਰਬਾਨੀ। ਹੈਲੋ ਹੈਲੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੱਗੀ ਜੀ। ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਹਾਂਜੀ ਕੌਣ ਸਾਹਿਬ ਬੋਲ ਰਹੇ? ਮੈਂ ਗੁਰਦੇਵ ਢੀਂ ਸਾਹਿਬ ਬੋਲ ਰਿਹਾ ਜੀ, ਲੋਸ ਐਂਜਲਸ ਤੋਂ। ਸਰ ਸਾਹਿਬ ਠੀਕ ਠਾਕ ਹੋ ਜੀ? ਹਾਂਜੀ ਸਭ ਠੀਕ ਠਾਕ ਜੀ ਸਰ। ਹਾਂਜੀ ਹਾਂਜੀ, ਮੈਂ ਜੱਗੀ ਜੀ ਇਹ ਦੱਸਣਾ ਵੀ ਇਹ ਜਿਹੜੇ ਪਾਣੀ ਦੇ ਲੈਵਲ ਆ ਇਹਦਾ ਕਿਉਂ ਥੱਲੇ ਗਏ ਆ? ਜੀ ਜ਼ਰੂਰ। ਹਾਂਜੀ ਜੇ ਆਪਾਂ ਪਿਛੇ ਨੂੰ ਜਾਈਏ, ਪਹਿਲੋ ਪਹਿਲ ਪਹਿਲਾਂ ਤੇ ਦਰਿਆਵਾਂ ਦੇ ਕੰਢੇ ਤੇ ਦੁਨੀਆਂ ਰਹਿੰਦੀ ਸੀ, ਜਾਂ ਪਾਣੀ ਜਾਂ ਛੱਪੜਾ ਮੀਂਹ ਦਾ ਪਾਣੀ ਜਮ੍ਹਾਂ ਕਰ ਲੈਂਦੇ ਸੀ, ਉਦੋਂ ਉਹ ਪੀਂਦੇ ਸੀਗੇ। ਫਿਰ ਆਇਆ ਜ਼ਮਾਨਾ ਖੂਹ ਲੱਗਣ ਦਾ, ਖੂਹੀਆਂ, ਉੱਥੋਂ ਖੂਹੀਆਂ ਦਾ ਪਾਣੀ ਕੱਢਣਾ ਤੇ ਘੜਿਆਂ 'ਚ ਲੈ ਕੇ ਘੜਿਆਂ ਆਪਣੇ ਲੇਡੀਜ਼ ਨੇ ਜਾ ਕੇ ਪਿੰਡਾਂ 'ਚ ਯੂਜ਼ ਕਰਦੀਆਂ ਸੀਗੀਆਂ। ਮੈਂ ਆਪਣੇ ਦੇਖਿਆ ਜੀ ਜਿਹੜੇ ਨਾਲੀਆਂ ਚੋਂ ਨਾ ਘਰਾਂ ਚ ਪਾਣੀ ਜਾਂਦਾ, ਨਾਲੀਆਂ ਚ ਜਾ ਕੇ ਬਾਹਰ ਕਿਤੇ ਛੱਪੜਾ ਚ ਪੈਂਦਾ ਸੀਗਾ, ਉਹ ਨਾਲੀਆਂ ਦੇ ਵਿੱਚ ਪਾਣੀ ਸੁੱਕ ਜਾਂਦਾ ਸੀ। ਅੱਛਾ ਜੀ। ਤੇ ਹੁਣ ਕੀ ਹੋਇਆ, ਹੁਣ ਲੱਗ ਗਈਆਂ ਪਹਿਲਾਂ ਤਾਂ ਹਲਟ ਚੱਲੇ, ਹਲਟ ਦਾ ਪਾਣੀ ਵੀ ਅਸੀਂ ਆਪ ਬੋਲਦਾ ਨਾ ਹਲਟ ਟਿੰਡਾ ਵਾਲਾ ਖੂਹ ਪਾਉਂਦੇ ਰਹੇ ਹਾਂ। ਅੱਛਾ ਜੀ। ਤੇ ਕਿਆਰਾ ਮੋੜਨਾ ਆਪ ਜਾ ਕੇ ਚਲੋ ਭਰ ਜਾਂਦਾ ਸੀਗਾ ਜੀ। ਜਦੋਂ ਬਿਜਲੀ, ਮੇਰਾ ਖਿਆਲ ਬਾਦਲ ਸਰਕਾਰ ਨੇ ਬਿਜਲੀ ਫ੍ਰੀ ਕਰਦੀ ਸੀ ਕਿਸੇ ਟਾਈਮ, ਉਹ ਕੀ ਕਰਦੇ ਸੀ ਆਪਣੇ ਫਾਰਮਰ ਜੱਟ ਲੋਕ, ਉਹ ਪਾਣੀ ਛੱਡ ਦੇਣਾ, ਮੋਟਰ ਲਾ ਦੇਣੀ ਸਾਰੀ ਰਾਤ ਸਾਰੇ ਖੇਤ ਨੂੰ। ਉਹ ਇਹਨਾਂ ਨੇ ਅਬਿਊਜ਼ ਕੀਤਾ ਪਾਣੀ ਓਵਰਫਲੋ ਹੋ ਕੇ ਨਾ। ਹਾਂਜੀ। ਤੇ ਉਹ ਹੁਣ ਦੇਖ ਲਓ ਵੀ ਜਿਹੜੇ ਪਿੰਡਾਂ ਦੇ ਛੱਪੜ ਸੀ ਨਾ ਆਮ, ਜਿਹੜੇ ਕਿ ਬਰਸਾਤ ਨੂੰ ਭਰਦੇ ਹੁੰਦੇ ਸੀਗੇ, ਭਰੇ ਹੋਏ ਆ ਜੀ, ਕਿਤੇ ਉਹਦਾ ਨਿਕਾਸ ਨੀ ਹੋਣ ਪਾਣੀ ਉਹਨਾਂ ਜਾਣ ਦਾ। ਤੇ ਇਹ ਇੱਦਾਂ ਅਬਿਊਜ਼ ਕੀਤਾ ਗਿਆ ਇਸ ਪਾਣੀ ਨੂੰ, ਹੁਣ ਲੈਵਲ ਇਸੇ ਕਰਕੇ ਥੱਲੇ ਗਏ ਆ ਪਾਣੀ, ਮਤਲਬ ਕਿ ਹੁਣ ਲੋਕਾਂ ਦੇ ਘਰੇ ਜਿਹੜੇ ਨਲਕੇ ਹੁੰਦੇ ਸੀ ਉਹਨਾਂ ਦੇ ਮੋਟਰਾਂ ਲੱਗੀਆਂ ਜੀ ਛੋਟੀ ਛੋਟੀਆਂ, ਉਹ ਵੀ ਨਲਕਾ ਗੇੜ ਕੇ ਪਾਣੀ ਕੱਢਦੇ ਸੀਗੇ, ਉਹ ਹੁਣ ਕੱਢ ਰਹੇ ਆ ਜੀ ਉਹ ਮੋਟਰਾਂ ਛੋਟੀਆਂ। ਤੇ ਨਾਲੀਆਂ ਚ ਪਾਣੀ ਆਉਂ ਵਗਦਾ ਛੱਪੜਾਂ ਚ ਸਿੱਧਾ ਜਾਂਦਾ ਜੀ, ਉਹ ਛੱਪੜ ਭਰਨ ਡਏ ਹੈਗੇ ਆ। ਮਿਹਰਬਾਨੀ ਜੀ ਬਹੁਤ ਤੁਹਾਡੀ ਬਹੁਤ ਮਿਹਰਬਾਨੀ। ਹਾਂਜੀ ਇਹ ਅਬਿਊਜ਼ ਹੋ ਰਿਹਾ ਪਾਣੀ ਜੀ ਆਪਣੇ ਪੰਜਾਬ, ਇਸ ਤਰ੍ਹਾਂ ਅਬਿਊਜ਼ ਹੋਇਆ ਜੀ। ਬਿਲਕੁਲ, ਬਹੁਤ ਮਿਹਰਬਾਨੀ ਜੀ। ਹੈਲੋ ਹੈਲੋ
ਹੈਲੋ ਜੱਗੀ ਸਾਹਿਬ। ਹਾਂਜੀ ਹਾਂਜੀ ਭੈਣ ਭੈਣ ਜੀ, ਠੀਕ ਠਾਕ ਹੋ? ਠੀਕ ਠਾਕ ਆ, ਮੈਂ ਸਰਜੀਤ ਵਾਸੀ ਬੋਲਦੀ ਹਾਂ ਵਾਸੀ ਜੀ। ਜੀ ਦੱਸੋ, ਤੁਹਾਨੂੰ ਦੱਸਣ ਦੀ ਲੋੜ ਹੈ? ਤੁਹਾਨੂੰ ਤਾਂ ਦੁਨੀਆ ਜਾਣਦੀ, ਪਰ ਮਾੜਾ ਜਿਹਾ ਹੋਲਡ ਰੱਖਿਓ, ਹਾਂਜੀ ਹਾਂਜੀ ਹੁਣ ਬੋਲੋ ਜੀ। ਤੇ ਜਿਉਨਾਬਾਦ ਕਹਿੰਦੀਆਂ ਗੱਲਾਂ ਤੇਰਾ ਬਹੁਤ ਵਧੀਆ ਵਿਖੇ ਜਾਂਦੇ ਸਾਰਾ ਕੁਛ ਸੁਣਾਤਾ, ਤੇ ਹੁਣ ਪਾਣੀ ਆ ਦੀ ਹੈ ਨਾ, ਤੇ ਪਾਣੀ ਹੁਣ 350 ਫੁੱਟ ਤੇ ਜਾ ਰਿਹਾ, ਤੇ ਹੁਣ 2025 ਦਾ ਖਤਮ ਹੀ ਹੋ ਜਾਣਾ ਪਾਣੀ। ਨਹੀਂ ਸੱਚੀ ਖਤਮ ਹੋ ਜੂਗਾ ਜੇ ਕੀ ਮਾਹੌਲ ਹੋਊਗਾ ਫਿਰ, ਜੇ ਸੱਚੀ ਮੰਨ ਲਓ ਪਰਮਾਤਮਾ। ਨਹੀਂ ਨਹੀਂ ਹੋ ਜਾਣਾ ਕਹਿੰਦੇ, ਤੇ ਪਾਣੀ ਵੀ ਨਾ ਤਾਂ ਬੇਟਾ ਆਪਾਂ ਨੂੰ ਮਿਲਦੇ ਨੀ ਸਰਦਾ ਨਾ, ਤੇ ਹੋਰ ਸਭ ਕਾਸੇ ਵੇਲਾ ਸਰ ਲੈਣ ਪਾਣੀ ਪਾਉਣ ਪਵਨ ਪਾਉਣ ਪਾਣੀ ਮਾਤਾ ਤਰ ਤਰ ਤਮਤ ਕਹਿੰਦੇ ਹੁੰਦੇ ਆ ਤੇ ਫੇਰ ਪਵਨ ਗੁਰੂ। ਹਾਂ ਤੇ ਸੱਚੀ ਸੱਚੀ ਗੱਲ ਜਿੰਨੀਆਂ ਤੁਸੀਂ ਗੱਲਾਂ ਕੀਤੀਆਂ ਸੱਚੀ ਸਾਹ ਕਰ ਗਏ, ਤੇ ਹੁਣ ਟਰੰਪ ਨੇ ਜਾਣਾ ਆਪਣੇ ਹੈਦਰਾਬਾਦ ਮੋਦੀ ਸਾਹਿਬ ਹੋਣੀ। ਹਾਂਜੀ ਹਾਂਜੀ, ਪਰ ਦੇਖੋ ਮੋਦੀ ਸਾਹਿਬ ਉਹਨੂੰ ਕੀ ਦਿੰਦਾ, ਉਹ ਤਾਂ ਉਹਨੂੰ ਤਾਂ ਆਪ ਤਾਂ ਮੋਦੀ ਡਾਲਰ ਲੈ ਗਿਆ ਲੁੱਟ ਕੇ, ਹੈਂ ਤੇ ਹੁਣ ਉਹਨੂੰ ਜਿੰਨੇ ਡਾਲਰ ਲੈ ਕੇ ਗਿਆ ਉਦੋਂ ਵੱਧ ਪੈਸੇ ਦੇਵੇ। ਬਿਲਕੁਲ ਜੀ ਬਿਲਕੁਲ, ਚਲੋ ਬੜੀ ਮਿਹਰਬਾਨੀ ਜੀ ਕਾਲ ਕਰਨ ਵਾਸਤੇ ਤੁਹਾਡਾ, ਬਹੁਤ ਬਹੁਤ ਧੰਨਵਾਦ ਹੈਗਾ। ਮੋਦੀ ਸਾਹਿਬ ਅਤੇ ਟਰੰਪ ਸਾਹਿਬ ਤਕਰੀਬਨ ਇੱਕ ਦੂਜੇ ਨੂੰ ਫੋਲੋ ਕਰਦੇ ਨਜ਼ਰ ਆਏ ਆ, ਪਰ ਉਹ ਦਿੱਲੀ ਦੇ ਵਿੱਚ ਉਹ ਚੀਜ਼ ਕਾਮਯਾਬ ਨਹੀਂ ਹੋਈ ਜਿਹੜੀ ਟਰੰਪ ਸਾਹਿਬ ਨੂੰ ਫੋਲੋ ਕੀਤਾ ਸੀ ਮੋਦੀ ਸਾਹਿਬ ਨੇ ਪਹਿਲਾਂ, ਤਾਂ ਹੁਣ ਲੱਗਦਾ ਵੀ ਉਹਦੇ ਵੱਲੋਂ ਲੋਕਾਂ ਦਾ ਮੁੱਖ ਮੁੜ ਗਿਆ। ਗੱਲਾਂ ਪਤਾ ਤੁਹਾਡੇ ਨਾਲ ਚੱਲ ਰਹੀਆਂ ਨੇ ਪਾਣੀ ਬਾਰੇ ਅੱਜ। ਪਾਣੀ ਇੱਕ ਐਸੀ ਚੀਜ਼ ਹੈ, ਪਾਣੀ ਅੰਮ੍ਰਿਤ ਹੈ, ਸਮਝੋ ਤਾਂ ਪਾਣੀ ਅੰਮ੍ਰਿਤ ਹੈ, ਅਤੇ ਪਾਣੀ ਨੂੰ ਅਸੀਂ ਵਰਤਦੇ ਨਹੀਂ ਹੈਗੇ ਅੰਮ੍ਰਿਤ। ਔਰ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਅਤੇ ਫਟਾਫਟ ਕਾਲਾਂ ਵਾਲੇ ਪਾਸੇ ਚੱਲਦੇ ਹਾਂ, ਕੀ ਵਿਚਾਰ ਨੇ ਤੁਹਾਡੇ ਜਾਣ ਦੇ? ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੱਗੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਸਾਹਿਬ ਬੋਲ ਰਹੇ ਜੀ? ਮੈਂ ਇੱਥੋਂ ਬੋਲਦਾ ਜੀ, ਫਰੀਜਣਾ ਤੋਂ, ਕੇਵਲ ਸਿੰਘ ਆ ਮੇਰਾ ਨਾਂ ਜੀ। ਹੁਣ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਇਹਦੇ ਬਾਰੇ ਕੀ ਸੋਚਣਾ ਪਊ ਜੀ, ਇੰਨੇ ਫਿਕਰ ਵਾਲੀ ਗੱਲ ਨੀ ਗੀ, ਗੌਰਮੈਂਟਾਂ ਨੂੰ ਕੁਛ ਕਰਨਾ ਪਊ ਪਾਣੀ ਬਦਲੇ। ਗੌਰਮੈਂਟਾਂ ਤਾਂ ਕਿਸੇ ਨੇ ਜ਼ਿਕਰ ਵੀ ਨਹੀਂ ਕੀਤਾ। ਲਗਾ ਮੈਂ ਇੱਕ ਮਿੰਟ ਜੀ, ਰਾਜਸਥਾਨ ਦੇ ਵਿੱਚ ਇੱਕ ਨਹਿਰ ਹੈ ਜੀ, ਜਿਹਨੂੰ ਬੀਕਾਨੇਰ ਵਾਲੀ ਨਹਿਰ ਕਹਿੰਦੇ ਆ, 1300 ਪਿੰਡਾਂ ਨੂੰ ਪਾਣੀ ਦਿੰਦੀ ਆ ਜੋਧਪੁਰ ਵੱਲ ਨੂੰ। ਵਾਹ ਜੀ ਵਾਹ, ਅੱਛਾ ਜੀ। ਇੱਕੋ ਨਹਿਰ ਹੈ, 1300 ਪਿੰਡਾਂ ਨੂੰ ਪਾਣੀ ਦਿੰਦੀ ਆ, ਹਰ ਅੱਡਿਆਂ ਤੇ ਉਹਦੇ ਮੋਗੇ ਬਣਾਏ ਹੋਏ ਆ, ਉੱਥੇ ਬਹੁਤ ਵੱਡੇ ਵੱਡੇ ਖੁੱਲੇ ਖੂਹ ਬਣਾਏ ਹੋਏ ਆ ਭਰਨ ਲਈ ਜੀ, ਬੜੀ ਬੜੀ ਦੂਰ ਤੋਂ ਬੋਤਿਆਂ ਤੇ ਗੱਡੀਆਂ ਆ ਕੇ ਖੂਹਾਂ ਚੋ, ਉਹਨਾਂ ਦਾ ਸਿਸਟਮ ਹੈ ਕਿ ਇੰਨਾ ਪਾਣੀ ਇਸ ਮੋਗੇ ਹੀ ਛੱਡੀ ਰੱਖਣਾ ਜੀ। ਫਿਰ ਨੰਬਰ 2, ਪਾਕਿਸਤਾਨ ਦੇ ਵਿੱਚੋਂ ਆਏ ਆ ਅਸੀਂ, ਮੈਂ ਹੈ ਤਾਂ 6 ਸਾਲ ਦਾ ਸੀ ਜਦੋਂ ਪਾਕਿਸਤਾਨ ਬਣਿਆ, ਮੈਨੂੰ ਪਤਾ ਉੱਥੇ ਨਾ ਕੋਈ ਖੂਹ ਸੀ ਨਾ ਕੋਈ ਬੋਤ ਸੀ। ਅੱਛਾ ਜੀ। 7 ਦਿਨ ਬਾਅਦ ਨਹਿਰ ਦਾ ਪਾਣੀ ਆਉਂਦਾ ਸੀ, ਤੇ ਹਰ ਇੱਕ ਫਾਰਮਰ ਨੇ ਆਪਣੇ ਖੇਤ ਦੇ ਵਿੱਚ ਡਿੱਗੀ ਕਹਿੰਦੇ ਡਿੱਗੀ ਹਾਂਜੀ, ਟੋਆ ਪੱਟਿਆ ਹੋਇਆ ਸੀ, ਬਾਵਾ ਖੁੱਲਾ ਜਾਂਚ ਫੇਰਿਓ ਵਧੀਆ, ਉਹ ਡਿੱਗੀ, ਉਹ ਜਿੱਦਣ ਪਾਣੀ ਦੀ ਵਾਰੀ ਆਉਂਦੀ ਸੀ ਉਹ ਭਰ ਲਈ ਦੀ ਸੀ, ਤੇ ਉਹਦੇ ਵਿੱਚੋਂ ਹੀ ਮਤਲਬ ਘੜਿਆਂ 'ਚ ਪਾਣੀ ਪਾ ਕੇ, ਜਦ ਆਪਾਂ ਖੇਤ ਜਾਈਦਾ, ਖੇਤ 'ਚ ਆਉਂਦੇ ਘੜੇ ਭਰਦੇ ਆਉਂਦੇ ਸੀ ਗੱਡਿਆਂ ਤੇ ਆ ਕੇ ਜਾਨੀ, ਫਿਕਰ ਵਾਲੀ ਗੱਲ ਨੀ। ਮਿਹਰਬਾਨੀ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ 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 ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਜੱਗੀ ਜੀ, ਸਤਿ ਸ੍ਰੀ ਅਕਾਲ, ਮੈਂ ਗੁਰਮੇਲ ਸਿੰਘ ਧੀ ਬੋਲਦਾ ਜੀ। ਸਾਹਿਬ ਬਹੁਤ ਬਹੁਤ ਸਵਾਗਤ ਜੀ, ਹਾਂਜੀ ਕੀ ਕਹਿਣਾ ਚਾਹੁੰਦੇ? ਅੱਛਾ ਗੱਲ ਇਹ ਹੈ, ਪਾਣੀਆਂ ਦਾ ਬਹੁਤ ਇਹ ਤੁਸੀਂ ਇਸ਼ੂ ਲਿਆਂਦਾ, ਬੜਾ ਸੀਰੀਅਸ ਇਸ਼ੂ ਹੈ ਜੀ। ਇਹ ਪਾਣੀ ਖਤਮ ਹੋਣ ਦੇ ਆਸਾਰ ਬਹੁਤ ਜ਼ਿਆਦਾ ਨੇ, 20-25 ਤੱਕ ਹੋ ਵੀ ਸਕਦਾ, ਇਹ ਨੀ ਕਹਿਣਾ ਚਾਹੀਦਾ ਨਹੀਂ ਹੋ ਸਕਦਾ, ਕਿਉਂਕਿ ਦੇਖੋ ਮੈਂ ਤੁਹਾਨੂੰ ਦੱਸਦਾ, ਮੇਰੇ ਜਦੋਂ ਅਸੀਂ 1960 ਦੇ ਵਿੱਚ ਆਪਣੇ ਨਾਨਕਿਆਂ ਵੱਲ ਜਾਣਾ ਹਲਵਾਰੇ ਵੱਲ, ਤਾਂ ਉਦੋਂ 2.5 ਹੱਥ ਤੇ ਪਾਣੀ ਹੁੰਦਾ ਸੀ, ਛੋਟੇ ਨਲਕਿਆਂ ਨਾਲ ਪਾਣੀ ਕੱਢ ਲੈਂਦੇ, ਛੋਟੀ ਹੱਥੀ ਵਾਲੇ ਨਲਕੇ ਹੁੰਦੇ ਸੀ, ਕੁੱਤਾ ਨਲਕਾ ਵੀ ਕਹਿੰਦੇ ਸੀ ਉਹਨੂੰ ਮੇਰੇ ਖਿਆਲ। ਹਾਂਜੀ ਹਾਂਜੀ, ਹੁਣ ਤੁਸੀਂ ਦੇਖੋ ਪੰਜਾਬ ਦੇ ਪਾਣੀਆਂ ਨੂੰ ਸਾਰੇ ਪਾਸੇ ਲੁੱਟ ਪਈ ਹੋਈ ਆ, ਹੁਣ ਰਾਜਸਥਾਨ ਉਹ ਵੀ ਫ੍ਰੀ, ਆਪਣੇ ਹਰਿਆਣਾ ਉਹ ਵੀ ਫ੍ਰੀ, ਅੱਗੇ ਦਿੱਲੀ ਉਹ ਵੀ ਫ੍ਰੀ। ਦੇਖੋ ਗੱਲ ਸੁਣੋ, ਜਿਹੜਾ ਅੰਡਰ ਰਿਪੇਰੀਅਲ ਲਾ ਹੈ ਨਾ, ਇੰਟਰਨੈਸ਼ਨਲ ਰਿਪੇਰੀਅਲ ਲਾ, ਇਹਦੇ ਬਾਰੇ ਵਿੱਚ ਮੈਂ ਬਹੁਤ ਪੜ੍ਹਿਆ, ਡਾਕਟਰ ਧਰਮਵੀਰ ਗਾਂਧੀ ਨੂੰ ਵੀ ਮੈਂ ਮਿਲਿਆ ਸੀ ਇੱਕ ਵਾਰੀ ਇੱਥੇ ਜਦੋਂ ਟੋਰਾਂਟੋ ਆਏ ਸੀ। ਅੰਡਰ ਰਿਪੇਰੀਅਲ ਲਾ ਇਹ ਕਹਿੰਦਾ ਵੀ ਜੇ ਕੋਈ ਦੂਜਾ ਸੂਬਾ
ਕੋਈ ਕਿਸੇ ਤੋਂ ਪਾਣੀ ਲੈਂਦਾ ਤਾਂ ਉਹਦੇ ਉਹਨੂੰ ਪੈਸਾ ਪੇ ਕਰਨੇ ਪੈਂਦੇ ਆ। ਅੰਗਰੇਜ਼ਾਂ ਦੇ ਵੇਲੇ ਗੰਗਸਰ ਜਿਹੜੀ ਨਹਿਰ ਜਾਂਦੀ ਹੁੰਦੀ ਸੀ ਰਾਜਸਥਾਨ ਨੂੰ, ਉਹਦੇ ਪੰਜਾਬ ਪੈਸੇ ਲੈਂਦਾ ਹੁੰਦਾ ਸੀ ਉਸ ਵੇਲੇ। ਹਾਂਜੀ ਹਾਂਜੀ। ਤੇ ਇਹ ਦੇਖੋ ਹੁਣ ਤੁਸੀਂ ਫਿਰ 1970 ਦੇ ਬਾਅਦ ਆ ਕੇ ਚਾਵਲ ਬੀਜਣੇ ਸ਼ੁਰੂ ਕਰਤੇ। ਚੌਲ ਚੌਲ ਪੰਜਾਬ ਦੀ ਪੈਦਾਵਾਰ ਨੀ ਹੈਗੀ, ਚੌਲ ਹੈਗੀ ਆ ਬੰਗਾਲ ਤੇ ਉੜੀਸਾ ਜਿੱਥੇ ਸਮੁੰਦਰ ਲੱਗਦਾ ਉਹਨਾਂ ਇਲਾਕਿਆਂ ਨੇ ਚੌਲ ਨੇ ਪਾਣੀ ਬਹੁਤ ਖਿੱਚਿਆ, ਬਹੁਤ ਖਿੱਚਿਆ। ਅੱਛਾ ਹੁਣ ਤੁਸੀਂ ਦੇਖੋ ਇਹ ਜਿਹੜੇ ਜਿਹੜੇ ਹਰਿਆਣਾ ਕਹਿੰਦਾ ਸਾਨੂੰ ਪੰਜਾਬ ਪਾਣੀ ਦੇਵੇ ਤੇ ਹਰਿਆਣਾ ਜਮਨਾ ਦਰਿਆ ਚੋਂ ਪਾਣੀ ਕਿਉਂ ਨੀ ਲੈਂਦਾ? ਜਮਨਾ ਦਰਿਆ ਤਾਂ ਉਹਨਾਂ ਦੇ ਬਾਰਡਰ ਲੱਗਦਾ। ਬਿਲਕੁਲ ਜੀ ਬਿਲਕੁਲ। ਚਲੋ ਵੈਸੇ ਸਰਕਾਰਾਂ ਨੂੰ ਸੋਚਣਾ ਚਾਹੀਦਾ ਕੁਛ ਨਾ ਕੁਛ ਇਹਦਾ। ਸਰਕਾਰਾਂ ਤਾਂ ਕੀ ਸੋਚਣਗੀਆਂ, ਸਰਕਾਰਾਂ ਤੇ ਲੋਕੀ ਜਦੋਂ ਪਾਣੀ, ਹੁਣ ਤੁਸੀਂ ਦੇਖੋ ਪੰਜਾਬ ਦਾ ਪਾਣੀ ਇਸ ਵੇਲੇ 60-40% ਗੰਦਾ ਹੋ ਚੁੱਕਿਆ, ਕੈਂਸਰ ਦੀਆਂ ਬਿਮਾਰੀਆਂ ਲੱਗ ਚੁੱਕੀਆਂ ਨੇ। 60% ਬਚਿਆ ਉਹ ਵੀ ਇੰਨਾ ਸ਼ੁੱਧ ਪਾਣੀ ਨਹੀਂ, ਤੇ ਲੋਕੀ ਵੇਸਟ ਬਹੁਤ ਕਰਦੇ ਨੇ। ਲੋਕੀ ਟੂਟੀਆਂ ਖੁੱਲੀਆਂ ਨੇ ਤੇ ਉਹ ਚੱਲਦੀਆਂ ਰਹਿਣੀਆਂ ਨੇ, ਬੰਦ ਕਿਸੇ ਨੇ ਨੀ ਕਰਨੀਆਂ, ਤੇ ਖੇਤਾਂ ਦੇ ਵਿੱਚ ਵੀ ਵੇਸਟ ਕੀਤਾ ਜਾ ਰਿਹਾ, ਤੇ ਜੇ ਪਾਣੀ ਨਾ ਰਿਹਾ ਤੇ ਕਣਕ ਕਿੱਥੋਂ ਪੈਦਾ ਹੋਊਗੀ, ਚੌਲ ਕਿੱਥੋਂ ਪੈਦਾ ਹੋਣਗੇ, ਆਪਾਂ ਕਿੱਥੋਂ ਰਵਾਂਗੇ ਜੀ ਪਾਣੀ ਦਾ? ਧੀਰ ਸਾਹਿਬ ਬਹੁਤ ਮਿਹਰਬਾਨੀ, ਤੁਹਾਡੀ ਬ੍ਰੇਕ ਲੈਣੀ ਪੈ ਗਈ। ਵੈਸੇ ਜਿਹੜੀ ਇਹ ਗੱਲ ਕੀਤੀ ਹੈ ਪਾਣੀ ਗੰਦਲਾ ਹੋਣ, ਖਰਾਬ ਹੋਣ ਦੀ ਗੱਲ, ਉਹ ਇਹ ਹੈ ਕਿ ਲੁਧਿਆਣੇ ਤੋਂ ਪਰੇ ਨਹੀਂ ਚੱਲ ਜਾਈਏ, ਮਾਲਵਾ ਦੀ ਇੱਕ ਪੂਰੀ ਦੀ ਪੂਰੀ ਬੈਲਟ ਜਿਹੜੀ ਉਹ ਕੈਂਸਰ ਨਾਲ ਪੀੜਿਤ ਹੈਗੀ ਆ, ਔਰ ਘਰ ਭਰਤੀ ਪੰਗੂੜਾ ਹੋਵੇ ਨਾ ਹੋਵੇ ਵੀਲਚੇਅਰ ਜ਼ਰੂਰ ਪਈ ਤੁਹਾਨੂੰ ਦੱਸੇਗੀ ਕੈਂਸਰ ਨਾਲ ਘਰ ਭਰਤੀ ਇੱਕ ਦਾ ਬੰਦਾ ਹੈਗਾ। ਕਾਰਨ ਲੁਧਿਆਣੇ ਦੀਆਂ ਜਿੰਨੀਆਂ ਫੈਕਟਰੀਆਂ ਸੀ ਸਰਕਾਰਾਂ ਦੀ ਮਿਲੀ ਭਗਤ ਦੇ ਨਾਲ, ਜੋ ਤੇਜ਼ਾਬ ਟਿਊਬ ਹੈਗਾ ਸੀ ਉਹ ਸਾਰਾ ਉਹ ਦਰਿਆਵਾਂ ਦੇ ਵਿੱਚ ਪਾਈ ਗਏ, ਉਹ ਪਾਣੀ ਥੱਲੇ ਜਾ ਕੇ ਉਹੀ ਪਾਣੀ ਫਿਰ ਬਾਹਰ ਆਉਂਦਾ, ਅਤੇ ਉਹ ਫਿਰ ਜਾ ਕੇ ਬਿਮਾਰੀਆਂ ਦਾ ਘਰ ਬਣਦਾ ਹੈਗਾ। ਪਾਣੀ ਦੀ ਗੱਲਬਾਤ ਚੱਲ ਰਹੀ ਹੈ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਥੋੜ੍ਹਾ ਜਿਹਾ ਟਾਈਮ ਹੈਗਾ, ਇੱਕ ਅੱਧੀ ਕਾਲ ਹੋਰ ਲੈਣ ਦੀ ਕੋਸ਼ਿਸ਼ ਕਰਦੇ ਹਾਂ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਹਾਂਜੀ ਹਾਂਜੀ, ਸੁਰਿੰਦਰ ਸਿੰਘ ਜੀ, ਅੱਜ ਤਾਂ ਆਖਰ ਦੇ ਨੰਬਰ ਲੱਗਿਆ। ਹਾਂਜੀ, ਕੀ ਕਹਿਣਾ ਚਾਹੁੰਦੇ? ਆਖਰੇ ਹਾਂਜੀ, ਕਹਿੰਦੇ ਘੁੱਗੀ ਯਾਰ ਨੀ ਕਾਮ ਬਦਨਾਮ, ਤੇ ਇੱਕ ਹੈਗਾ ਵੀ ਜਿਸ ਟਾਣੀ ਤੇ ਬੈਠਿਆ ਸੀ ਉਹਨੂੰ ਵੀ ਵੱਢਣਾ ਪੰਜਾਬੀ ਦੀ ਆਦਤ ਆ ਇਹ। ਤੇ ਦੇਖੋ ਇੱਕ ਜਿਹੜੀ ਫੈਕਟਰੀ ਆ ਲੋਹਾ ਗ੍ਰਹਿਣ ਕਰਨ ਵਾਲੀ, ਉਹ 15 ਪਿੰਡਾਂ ਜਿੰਨਾ ਝੋਨੇ ਦਾ ਪਾਣੀ ਸਾਲ ਚ ਖਤਮ ਕਰ ਦਿੰਦੀ ਆ, ਜਿਹੜੇ ਲੋਹਾ ਗ੍ਰਹਿਣ ਕਰਦੇ ਆ ਇੰਨਾ ਪਾਣੀ ਨੂੰ ਵਰਤਦੇ ਆ। ਅੱਛਾ, ਹਾਂਜੀ ਹਾਂਜੀ, ਉਹ ਬਹੁਤ ਪਾਣੀ ਵਰਤਦੇ ਆ, ਮਤਲਬ ਹੋਰ ਬਹੁਤ ਬੜਬੜੀਆਂ ਫੈਕਟਰੀਆਂ ਜਿਹੜੀਆਂ 20-20 ਪਿੰਡਾਂ ਜਿੰਨਾ ਵੀ ਜਿਵੇਂ ਤਾਂ ਬਦਨਾਮ ਕੀਤਾ, ਉਹ ਸਾਰਾ ਸਾਲ ਚੱਲਦੀਆਂ, ਇਹ ਤਾਂ 2 ਮਹੀਨੇ ਦਾ ਸੀਜ਼ਨ ਹੁੰਦਾ ਇਹਨਾਂ ਦਾ। ਅੱਛਾ ਜੀ। ਤੇ ਦੂਜਾ, ਹਾਂਜੀ, ਬਹੁਤ ਵੇਸਟ ਪਾਣੀ ਹੁੰਦਾ, ਬਾਕੀ ਸ਼ਹਿਰਾਂ ਜਿਹੜਾ ਕਾਰਾਂ ਧੋਂਦੇ ਜਾਂ ਹੋਰ ਆਰਾ ਵਗੈਰਾ ਇਹ ਉਦੋਂ ਜ਼ਿਆਦਾ ਹੁੰਦਾ ਝੋਨੇ ਨਾਲੋਂ ਵੀ। ਇੱਕ ਝੋਨੇ ਦੀ ਰਿਪੋਰਟ ਦਿੱਤੀ ਕਿ ਡਾਕਟਰ ਨੇ, ਉਹ ਜਿੱਦਾਂ ਆਪਾਂ ਕਣਕ ਬੀਜਦੇ ਹਾਂ ਉਦਾਂ ਪਾਣੀ ਲੱਗਣਾ ਉਹਨੂੰ, 20 ਸਾਲ ਹੋ ਗਿਆ ਉਹ ਰਿਪੋਰਟ, ਹੁਣ ਮਾੜੀ ਜਿਹੀ ਬਾਹਰ ਨਿਕਲੀ ਆ, ਕਿਸੇ ਨੇ ਕੱਢੀ ਨੀ ਬਾਹਰ, ਵੱਟਾਂ ਤੇ ਝੋਨਾ ਲੱਗਣਾ, ਵੱਟਾਂ ਤੇ ਲੱਗਣਾ ਝੋਨਾ ਜਿੱਦਾਂ ਕਮਲਦੀ ਬੀਜਦੇ ਹਾਂ ਆਪਾਂ, ਤੇ ਉਹ ਪਾਣੀ ਬਸ ਜਿੱਦਾਂ ਕਣਕ ਨੂੰ ਲਾਈਦਾ ਏਦਾਂ ਲਾਉਣਾ ਪੈਣਾ। ਠੀਕ ਹੈ ਜੀ, ਠੀਕ ਹੈ ਸੁਨੀਲ ਜੀ, ਬਹੁਤ ਮਿਹਰਬਾਨੀ। ਅੱਜ ਸਮਾਂ ਅੱਗੇ ਹੋਰ ਨਹੀਂ ਹੈਗਾ, ਆਪਾਂ ਜ਼ਰੂਰ ਕਵਿਤਾ ਫਿਰ ਕੱਲ੍ਹ ਸੁਣਾਂਗੇ ਤੁਹਾਡੀ ਗੱਲਬਾਤ, ਕੋਈ ਹੋਰ ਕੱਲ੍ਹ ਨੂੰ ਸੁਣ ਲਿਓ ਜੀ, ਕੋਈ ਨਹੀਂ ਫਿਰ, ਕੋਈ ਨਹੀਂ ਕੱਲ੍ਹ ਨੂੰ ਫਿਰ। ਠੀਕ ਹੈ ਜੀ, ਠੀਕ ਹੈ, ਬਹੁਤ ਮਿਹਰਬਾਨੀ ਜੀ ਕਾਲ ਕਰਨ ਵਾਸਤੇ। ਲਾਈਨਾਂ ਅਜੇ ਕਾਫੀ ਫਲੈਸ਼ ਕਰ ਰਹੀਆਂ ਨੇ, ਮੈਂ ਹੱਥ ਬੰਨ ਕੇ ਮੁਆਫੀ ਚਾਹੁੰਦਾ ਕਿ ਕਾਲਾਂ ਹੋਰ ਜਿਹੜੀਆਂ ਉਹ ਅੱਜ ਨਹੀਂ ਲੈ ਹੋਣੀਆਂ, ਕੱਲ੍ਹ ਨੂੰ ਫਿਰ ਕਾਲਾਂ ਸਿਲਸਿਲਾ ਇਸੇ ਤਰ੍ਹਾਂ ਯਾਦ ਰੱਖਾਂਗੇ, ਸ਼ੁਰੂ ਕਰਾਂਗੇ ਅਤੇ ਫਿਰ ਆਪਾਂ ਖਤਮ ਕਰਾਂਗੇ। ਗੱਲ ਕਰੀਏ ਇੱਕ ਵਾਰ ਫਿਰ ਸਟੂਡੀਓ ਦੀ ਜਾਣ ਤੋਂ ਪਹਿਲਾਂ ਮੈਂ ਸਾਡੀ ਜਾਣਕਾਰੀ ਜਿਹੜੀ ਦਰਸ਼ਕਾਂ ਨੂੰ ਦੇ ਦੇਵਾਂਗਾ, 6 ਮਾਰਚ ਆ ਜਿਹੜਾ ਆਉਣ ਵਾਲੇ 6 ਮਾਰਚ ਹੈਗਾ ਫਰਾਈਡੇ ਪੈਂਦਾ, ਉਸ ਦਿਨ ਗ੍ਰੈਂਡ ਓਪਨਿੰਗ ਅਸੀਂ ਕਰਨੀ ਹੈ, ਲੈਥਰਪ ਦੇ ਸਟੂਡੀਓ ਬਣਿਆ, ਤੁਸੀਂ ਵੀ ਸ਼ਮੂਲੀਅਤ ਕਰ ਸਕਦੇ ਹੋ। ਆਉਣਾ ਚਾਹੋ ਤਾਂ ਫੋਨ ਨੰਬਰ ਜਿਹੜਾ ਸਾਡਾ ਹੈਗਾ 209-450-3362 ਮੇਰਾ ਨੰਬਰ ਹੈਗਾ, ਉਹ 'ਤੇ ਕਾਲ ਕਰਕੇ ਜਾਂ ਟੈਕਸਟ ਮੈਸੇਜ ਕਰਕੇ ਆਪਣਾ ਨਾਮ ਜਿਹੜਾ ਉਹ 'ਚ ਲਿਖਾ ਸਕਦੇ ਹੋ। ਉਮੀਦ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਜਿਹੜਾ ਤੁਹਾਨੂੰ ਵਧੀਆ ਲੱਗਿਆ ਹੋਏਗਾ। ਈਮੇਲ ਕਰ ਸਕਦੇ ਹੋ jaggi@jasbroadcasting.com ਜਾਂ ਫਿਰ info@jasbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਨਾਲ ਨਾਲ ਮੈਂ ਸੈੱਲ ਨੰਬਰ ਜਿਹੜਾ ਆਪਣਾ ਉਹ ਦੱਸ ਦਿੱਤਾ। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬੱਤ।